ਸਤਿ ਸ਼੍ਰੀ ਅਕਾਲ ਜੀ ਮੈਂ ਵਰਿੰਦਰਪ੍ਰੀਤ ਸਾਰੇ ਦਰਸ਼ਕਾਂ ਦਾ ਇੰਡਸ ਟੀਵੀ ਤੇ ਬਹੁਤ-ਬਹੁਤ ਸਵਾਗਤ ਕਰਦੀ ਆਂ ਦਰਸ਼ਕੋ ਅਸੀਂ ਆਪਣਾ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਲੈ ਕੇ ਹਾਜ਼ਰ ਆਂ ਆਪਾਂ ਜਿਵੇਂ ਜਾਣਦੇ ਆਂ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਮਾਈਗ੍ਰੇਸ਼ਨ ਨਾਲ ਸੰਬੰਧਿਤ ਅਲੱਗ-ਅਲੱਗ ਵਿਸ਼ਿਆਂ ਤੇ ਚਰਚਾ ਕਰਦੇ ਆਂ ਅ ਪਰ ਅੱਜਕੱਲ ਆਪਾਂ ਨੂੰ ਇਹ ਚਰਚਾ ਆਪਾਂ ਕਿਉਂ ਕਰਦੇ ਆਂ ਕਿਉਂਕਿ ਇਹ ਰੁਝਾਨ ਜਿਹੜਾ ਹੈਗਾ ਮਾਈਗ੍ਰੇਸ਼ਨ ਦਾ ਇਹ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਵੱਧ ਗਿਆ ਆ ਤੇ ਆਪਾਂ ਜਿਹੜੇ ਸਾਡੇ ਪਨਪਰਾਨੇ ਕਈ ਵਾਰ ਆਪਾਂ ਕਿਉਂਕਿ ਕੀ ਹੁੰਦਾ ਹੈ ਕਿ ਜਦੋਂ ਆਪਾਂ ਇੱਕ ਦੂਜੇ ਕੋਈ ਭੈਣ ਭਰਾ ਆਏ ਨੇ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਦੇ ਅਲੱਗ-ਅਲੱਗ ਕਾਰਨ ਨੇ ਕਿ ਉਹ ਅਲੱਗ-ਅਲੱਗ ਕਾਰਨਾ ਕਰਕੇ ਇੱਥੇ ਪਹੁੰਚਦੇ ਨੇ ਤੇ ਕੋਈ ਸਰਕਾਰਾਂ ਤੋਂ ਤੰਗਿਆ ਕੋਈ ਇੱਧਰ ਦੀ ਫੈਸਿਲਿਟੀ ਤੋਂ ਪ੍ਰਭਾਵਿਤ ਹੋ ਜਾਂਦਾ ਕਿ ਇੱਧਰ ਜ਼ਿਆਦਾ ਫੈਸਿਲਿਟੀਆਂ ਨੇ ਸਾਡੇ ਦੇਸ਼ਾਂ ਨਾਲੋਂ ਤੇ ਕੀ ਹੁੰਦਾ ਕਿ ਮਾਰਕੀਟ ਦੇ ਵਿੱਚ ਅੱਜ ਕੱਲ ਬਹੁਤ ਜ਼ਿਆਦਾ ਹੁੰਦਾ ਕਿ ਕੁਐਸਚਨ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦਾ ਮਿਲ ਜਾਂਦਾ ਹੈ ਕਿ ਕੋਈ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਗਲਤ ਵੀ ਮਿਲ ਜਾਂਦੀ ਆ ਤੇ ਪਰ ਆਪਾਂ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਆਪਾਂ ਹਮੇਸ਼ਾ ਐਕਸਪਰਟ ਜਿਹੜੇ ਹੈਗੇ ਨੇ ਸਾਡੇ ਰਜਿਸਟਰ ਮਾਈਗ੍ਰੇਸ਼ਨ ਏਜੰਟ ਆਪਾਂ ਉਹਨਾਂ ਨਾਲ ਹੀ ਗੱਲਾਂ ਬਾਤਾਂ ਕਰਦੇ ਆ ਤੇ ਆਪਾਂ ਆਓ ਜੀ ਸਵਾਗਤ ਕਰਦੇ ਆ ਹੁਣ ਆਪਣੇ ਰਜਿਸਟਰ ਮਾਈਗ੍ਰੇਸ਼ਨ ਏਜੰਟ ਅਮਨ ਪੰਗੂ ਜੀ ਦਾ ਸਤਿ ਸ਼੍ਰੀ ਅਕਾਲ ਅਮਨ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਮੇਰੇ ਵੱਲੋਂ ਵੀ ਇੰਡਸ ਟੀਵੀ ਦੇ ਸ ਪਿਆਰਪਰੀ ਸਸਰੀਕਾਲ ਜੀ ਸलाम ਤੇ ਨਮਸਤੇ ਜੀ ਹੋਰ ਸ瑙 ਜੀ ਕੀ ਹਾਲ ਚਾਲ ਨੇ ਹਾਲ ਚਾਲ ਵਧੀਆ ਨੇ ਜੀ ਤੇ ਤੁਸੀਂ ਬੜੀ ਵਧੀਆ ਇੰਟਰੋਡਕਸ਼ਨ ਮੈਂ ਪ੍ਰਭਾਵਿਤ ਹੋ ਗਿਆ ਤੁਹਾਡੀ ਗੱਲਬਾਤਾਂ ਤੋਂ ਬਿਲਕੁਲ ਇੰਦਾ ਹੀ ਹੁੰਦਾ ਕਿ ਸਾਡੇ ਅਲੱਗ-ਅਲੱਗ ਕਾਰਨ ਹੋ ਸਕਦੇ ਨੇਗੇ ਪਰ ਜਿਹੜਾ ਆਪਣਾ ਗੋਲ ਹੁੰਦਾ ਸਾਰਿਆਂ ਦਾ ਲਗਭਗ ਇੱਕੋ ਹੀ ਹੁੰਦਾ ਅਸੀਂ ਵੀ ਆਏ ਸੀ ਕਿਸੇ ਟਾਈਮ ਅਸੀਂ ਆਪਣੇ ਕਾਰਨਾ ਕਰਕੇ ਆਏ ਸੀ ਬੱਚੇ ਅੱਜ ਕੱਲ ਆਪਣੇ ਕਾਰਨਾ ਕਰਕੇ ਆ ਰਹੇ ਨੇ ਪਰ ਜਿਹੜਾ ਗੋਲ ਸੀਗਾ ਉਹ ਪਰਮਨੈਂਟ ਰੈਜ਼ਿਡੈਂਸੀ ਪੀਆਰ ਤੇ ਆ ਕੇ ਟਿਕ ਜਾਂਦਾ ਜਿਹੜੀ ਕਿ ਹਰ ਇੱਕ ਨੂੰ ਮੁਸ਼ਕਲ ਮੁਸ਼ਕਲੀ ਮਿਲਦੀ ਹੈ ਅਸੀਂ ਵੀ ਮੁਸ਼ਕਲਾਂ ਨਾਲ ਹੀ ਲਈ ਸੀ ਤੇ ਇੱਕ ਚੀਜ਼ ਮੈਂ ਡੈਫੀਨੇਟਲੀ ਕਹੂੰਗਾ ਵੀ ਇਹ ਜਿਹੜਾ ਸਮਾਂ ਜੋ-ਜੋ ਅੱਗੇ ਨੂੰ ਤੁਰਦਾ ਜਾਂਦਾ ਹੈ ਇਹ ਚੀਜ਼ਾਂ ਮੁਸ਼ਕਿਲਾਂ ਇਨ੍ਹਾਂ ਦੇ ਵਿੱਚ ਆਉਂਦੀ ਰਹਿੰਦੀ ਹੈ ਕਿ ਸਾਡੇ ਸਮਿਆਂ ਦੇ ਵਿੱਚ ਵੀ ਪੀਆਰ ਇੰਨੀ ਸੌਖੀ ਨਹੀਂ ਸੀ ਹੁੰਦੀ ਡੈਫੀਨਿਟਲੀ ਹੁਣ ਦੇ ਨਾਲੋਂ ਫਰਕ ਸੀਗਾ ਲੇਕਿਨ ਉਸ ਟਾਈਮ ਸਾਨੂੰ ਉਹ ਵੀ ਬੜੀ ਵੱਡੀ ਗੱਲ ਲੱਗਦੀ ਹੁੰਦੀ ਸੀ ਜੀ ਕਿਉਂਕਿ ਅੱਜ ਕੱਲ ਮੀਡੀਆ ਕਰਕੇ ਰੁਝਾਨ ਆਪਾਂ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਵੱਧ ਗਿਆ ਸਾਰੇ ਹਰ ਇੱਕ ਤੱਕ ਮੀਡੀਆ ਦੀ ਪਹੁੰਚ ਹੈਗੀ ਆ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲ ਜਾਂਦੀਆਂ ਨੇ ਕਿ ਜੇ ਇੱਕ ਗੱਲ ਆਪਾਂ ਨੂੰ ਸੱਚੀ ਮਿਲਦੀ ਆ ਤਾਂ ਦੋ ਝੂਠੀਆਂ ਵੀ ਨਾਲ ਸੁਣਨ ਨੂੰ ਕਈ ਵਾਰ ਮਿਲ ਜਾਂਦੀਆਂ ਉਹਦੇ ਕਈ ਕਾਰਨ ਹੋ ਸਕਦੇ ਨੇ ਉਹਦੇ ਕਈ ਕਾਰਨ ਹੋ ਸਕਦੇ ਨੇ ਉਹਦਾ ਮੈਂ ਇਹ ਨਹੀਂ ਕਹੂੰਗਾ ਕਿ ਝੂਠੀ ਇਨਫੋਰਮੇਸ਼ਨ ਹੋਊਗੀ ਕਿਉਂਕਿ ਜਦੋਂ ਇੱਕ ਬੰਦੇ ਤੋਂ ਦੂਜੇ ਬੰਦੇ ਤੱਕ ਇਨਫੋਰਮੇਸ਼ਨ ਪਾਸ ਹੁੰ ਸਾਡੇ ਕੋਲ ਨੂੰ ਮਿਲਣ ਆਉਂਦੇ ਨੇ ਐਪਲੀਕੈਂਟਸ ਜਾਂ ਬੱਚੇ ਆਉਂਦੇ ਨੇ ਮਿਲਣ ਤਾਂ ਉਹਦੇ ਵਿੱਚ ਇੱਕ ਸਵਾਲ ਬੜਾ ਪੁੱਛਿਆ ਜਾਂਦਾ ਜਾਂ ਕਹ ਲਓ ਕਿ ਗੱਲ ਬੜੀ ਫ੍ਰੀਕਵੈਂਟਲੀ ਕੀਤੀ ਜਾਂਦੀ ਹੈ ਕਿ ਮੇਰੇ ਫਲਾਣੇ ਫਰੈਂਡ ਨੇ ਇਦਾਂ ਕਿਹਾ ਸੀ ਮੈਨੂੰ ਜਾਂ ਮੇਰੇ ਫਲਾਣੇ ਫਰੈਂਡ ਨੇ ਇਹ ਕਿਹਾ ਸੀਗਾ ਫਿਰ ਉਹ ਤੀਸਰੇ ਫਰੈਂਡ ਦੀ ਗੱਲ ਹੋ ਜਾਂਦੀ ਹੈ ਹਰ ਇੱਕ ਦਾ ਆਪੋ ਆਪਣਾ ਇੱਕ ਪਰਸਨਲ ਐਕਸਪੀਰੀਅੰਸ ਹੁੰਦਾ ਹੈ ਜਿਹੜੇ ਉਹ ਤੁਹਾਡੇ ਮੇਰੇ ਵੀ ਮਤਲਬ ਜਾਣਕਾਰ ਬੰਦੇ ਨੇ ਹਰ ਇੱਕ ਇਨਸਾਨ ਦਾ ਆਪਣਾ ਇੱਕ ਤਜਰਬਾ ਹੁੰਦਾ ਉਹਨਾਂ ਦੀ ਆਪਣੇ ਸਰਕਮਸਟੈਂਸਸ ਹੁੰਦੇ ਨੇ ਕਈ ਵਾਰ ਉਹ ਜਿਹੜੀ ਗੱਲਬਾਤ ਹੁੰਦੀ ਹੈ ਉਹ ਉਹਨਾਂ ਦੇ ਆਪਣੇ ਵਾਸਤੇ ਤਾਂ ਸਹੀ ਠੁਕਦੀ ਹੁੰਦੀ ਹੈ ਪਰ ਤੁਹਾਡੇ ਵਾਸਤੇ ਹੋ ਸਕਦਾ ਉਹ ਸਹੀ ਨਾ ਹੋਵੇ ਸੋ ਕਹਿਣ ਤੋਂ ਭਾਵ ਇਹ ਹੈ ਵੀ ਕਈ ਵਾਰ ਆਪਾਂ ਜਿਹੜੀ ਇਨਫੋਰਮੇਸ਼ਨ ਆ ਉਹ ਡਿਸਟੋਰਟ ਵੀ ਬਹੁਤ ਛੇਤੀ ਹੁੰਦੀ ਹੈ ਕਿ ਤੁਸੀਂ ਮੈਨੂੰ ਕੋਈ ਗੱਲ ਹੋਰ ਕਹੀ ਜਿਹੜੀ ਮੇਰੀ ਇੰਟਰਪ੍ਰੀਟੇਸ਼ਨ ਹੋ ਸਕਦੀ ਹੈ ਹੋ ਸਕਦਾ ਉਹ ਤੁਹਾਡੀ ਜਿਹੜੀ ਸਮਝਾਉਣ ਦੀ ਗੱਲ ਸੀ ਜਾਂ ਗੱਲ ਸੀਗੀ ਉਹਦੇ ਨਾਲ ਡਿਫਰੈਂ ਤਉ ਬਿਗੜ ਕੇ ਕੁਛ ਦੀ ਕੁਛ ਵੀ ਬਣ ਸਕਦੀ ਆ ਗੱਲ ਕਹਿੰਦੇ ਆ ਬਾਤ ਦਾ ਬਤੰਗੜ ਬਣ ਜਾਂਦਾ ਬਾਤ ਦਾ ਬਤੰਗੜ ਵੀ ਬਣ ਜਾਂਦਾ ਹੈਗਾ ਹਾਸੇ ਦਾ ਤਮਾਸ਼ਾ ਵੀ ਬਣ ਜਾਂਦਾ ਹੈ ਬੜੀਆਂ ਇਦਾਂ ਦੀਆਂ ਹੈਗੀਆਂ ਨੇ ਆਪਣੀਆਂ ਮਤਲਬ ਪੰਜਾਬੀ ਦੇ ਵਿੱਚ ਘਾਵਤਾਂ ਹੈਗੀਆਂ ਨੇ ਜਾਂ ਕਹਿ ਲੋ ਕਿ ਦਰਮਹਾਵਰੇ ਹੈਗੇ ਨੇਗੇ ਪਰ ਗੱਲ ਇਹ ਆ ਵੀ ਸੋਸ਼ਲ ਮੀਡੀਆ ਦੇ ਆਉਣ ਨਾਲ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਵੇਂ ਆਪਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਇਨਫੋਰਮੇਸ਼ਨ ਪਾਉਨੇ ਆਗੇ ਬੜੀ ਇਨਫੋਰਮੇਸ਼ਨ ਪਈ ਹੈਗੀ ਤੇ ਉਹਨੂੰ ਸਾਹਮਣੇ ਵਾਲਾ ਬੰਦਾ ਕਿੱਦਾਂ ਇੰਟਰਪ੍ਰੀਟ ਕਰਦਾ ਜਾਂ ਕਹਿਣ ਵਾਲਾ ਬੰਦਾ ਕਿੱਦਾਂ ਕਹਿੰਦਾ ਕਈ ਵਾਰ ਉਸ ਚੀਜ਼ ਨਾਲ ਵੀ ਫਰਕ ਪੈ ਜਾਂਦਾ ਹੈ ਤੇ ਉਹ ਇਨਫੋਰਮੇਸ਼ਨ ਆ ਕਹ ਲੋ ਕਿ ਝੂਠੀ ਵੀ ਲੱਗਣ ਲੱਗ ਜਾਂਦੀ ਆ ਜਾਂ ਗਲਤ ਹੋ ਜਾਂਦੀ ਆ ਕਿਸੇ ਪੁਆਇੰਟ ਤੇ ਜਾ ਕੇ ਜ਼ਰੂਰੀ ਨਹੀਂ ਕਿ ਉਹ ਝੂਠੀ ਦੱਸੀ ਗਈ ਹੈ ਪਰ ਕਈ ਵਾਰ ਉਹਦਾ ਜਿਹੜਾ ਮਤਲਬ ਹੈ ਜੀ ਉਹ ਕੱਢਣ ਵਾਲਾ ਉਸ ਤਰੀਕੇ ਨਾਲ ਕੱਢਿਆ ਜਾਂਦਾ ਜਾਂ ਦੱਸਣ ਵਾਲੇ ਦੋਸ ਤਰੀਕੇ ਨਾਲ ਦੱਸੀ ਜਾਂਦੀ ਹੈ ਗੱਲ ਕਿ ਉਹ ਸਮਝਣ ਸਮਝਾਉਣ ਤੇ ਕਹਿ ਸਕਦੇ ਆ ਫਰਕ ਪੈ ਜਾਂਦਾ ਹਾਂਜੀ ਹਾਂ ਬਿਲਕੁਲ ਜੀ ਤੇ ਆਪਾਂ ਹੁਣ ਗੱਲ ਕਰਦੇ ਆ ਕਿ ਆਪਣੇ ਕੁئینਜ਼ਲੈਂਡ ਤੋਂ ਚਲੋ ਵਧੀਆ ਹੈ ਕਿ ਲੋਕਡਾਊਨ ਨਹੀਂ ਹੈਗਾ ਆਪਣਾ ਕਰੋਨਾ ਤੋਂ ਬਚਾਇਆ ਜਿਹੜੇ ਸਾਡੇ ਪੈਨਪ੍ਰਾਨ ਨਿਊ ਸਾਊਥ ਵੇਲਜ਼ ਤੇ ਵਿਕਟੋਰੀਆ ਚ ਨੇ ਉਹ ਤਾਂ ਬੜੇ ਦੁਖੀ ਨੇ ਕਿਉਂਕਿ ਹੁਣ ਆਪਾਂ ਗੱਲ ਕੀਤੀ ਸੀਗੀ ਪਿਛਲੀ ਵਾਰੀ ਪਿਛਲੇ ਸ਼ੋਅ ਦੇ ਵਿੱਚ ਕਿ ਉੱਥੇ ਜਿਹੜਾ ਲੋਕਡਾਊਨ ਲੱਗਿਆ ਉਹਦਾ ਕੁਝ ਫਾਇਦਾ ਵੀ ਉਹਨਾਂ ਨੇ ਦੱਸਿਆ ਕਿ ਫੁੱਲ ਟਾਈਮ ਕੰਮ ਦੀ ਉਹਨਾਂ ਨੇ ਕੁਝ ਫੈਸਿਲਿਟੀ ਦਿੱਤੀ ਸੀਗੀ ਬਟ ਹੁਣ ਦੇਖੋ ਜਿਨ੍ਹਾਂ ਦੇ ਉੱਥੇ ਕੁਝ ਵੀਜ਼ੇ ਪਾਉਣੇ ਆ ਉਹਨਾਂ ਨੇ ਤੇ ਕਰੋਨਾ ਕਰਕੇ ਲੋਕਡਾਊਨ ਹੈ ਤੇ ਉਹ ਫਿਰ ਉੱਥੇ ਸਟਕ ਹੋਏ ਨੇ ਸਾਰੇ ਜਾਣੇ ਜੇ ਕੋਈ ਉਹਨਾਂ ਨੇ ਟੈਸਟ ਬੁੱਕ ਕਰਾਉਣਾ ਮੈਡੀਕਲ ਬੁੱਕ ਕਰਾਉਣਾ ਕਿਸੇ ਨੇ ਕਿਸ ਦਾ ਐਗਜ਼ਾਮ ਦੇਣਾ ਸੀਗਾ ਉਹ ਤੇ ਵਿਚਾਰੇ ਬੁਰੇ ਫਸੇ ਨੇ ਇਸ ਟਾਈਮ ਤੇ ਇਸ ਚੀਜ਼ ਨਾਲ ਫਰਕ ਬਹੁਤ ਪਏ ਨੇ ਕਿਉਂਕਿ ਮੈਂ ਹੁਣੇ ਕਿਸੇ ਨਾਲ ਗੱਲ ਕਰਦਾ ਆ ਰਿਹਾ ਸੀ ਇਵਨ ਸਾਡੇ ਵੀ ਇੱਕ ਤੋਂ ਕਲਾਇੰਟਸ ਨੇਗੇ ਉਹ ਉਹਨਾਂ ਨੇ ਕਹੀ ਚਲੋ ਇੱਕ ਤਾਂ ਪੀਟੀ ਦਾ ਹੋ ਗਿਆ ਵੀ ਐਗਜ਼ਾਮ ਦੀ ਗੱਲ ਕਰ ਰਹੇ ਨੇ ਆਪਾਂ ਨੂੰ ਪੀਟੀ ਦਾ ਐਗਜ਼ਾਮ ਜਿਹੜੇ ਬੁੱਕ ਕੀਤੇ ਹੋਏ ਸੀ ਉਹ ਕੈਨਸਲ ਹੋਏ ਨੇ इवन ਲੋਕਾਂ ਦੀ ਜਿਹੜੀ ਮੈਰਿਜਸ ਸੈਰੇਮਨੀ ਸੀਗੀਆਂ ਜਿਨ੍ਹਾਂ ਨੇ ਸਿਡਨੀ ਮੈਲਬਨ ਦੇ ਵਿੱਚ ਆਪਣੀਆਂ ਸੈਰੇਮਨੀ ਬੁੱਕ ਕਰਾਈ ਹੋਈ ਸੀ ਵੀ ਅਸੀਂ ਐਨੀ ਤਰੀਕ ਨੂੰ ਜੀ ਵਿਆਹ ਕਰਾਉਣ ਆਉਣਾਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਵੀਜ਼ਾ ਪਾਉਣ ਦੀ ਆਪਣੀ ਕੋਈ ਤਜਵੀਜ਼ ਸੀਗੀ ਜਾਂ ਉਹਨਾਂ ਦੀ ਕੱਲੋ ਕੀ ਪਲੈਨਿੰਗ ਸੀਗੀ ਉਹ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਆਪਣੇ ਸਾਰੇ ਪਲਾਨ ਨੇ ਜਿਹੜੇ ਚੇਂਜ ਕਰਨੇ ਪਏ ਨੇ ਕਿਉਂਕਿ ਹੁੰਦਾ ਕੀ ਹੈ ਜਿਹੜੇ ਜਦੋਂ ਆਪਾਂ ਕੋਈ ਵੀਜ਼ਾ ਬੋਨੇ ਆ ਜਾਂ ਲਾਉਨੇ ਆ ਜਾਂ ਉਹਦਾ ਕੋਈ ਪ੍ਰੋਸੈਸ ਚੱਲ ਰਹੀ ਹੈਗੀ ਉਹਦੀ ਹਰ ਇੱਕ ਦੀ ਇੱਕ ਲੀਗਲ ਕੋਈ ਨਾ ਕੋਈ ਰਿਕੁਆਇਰਮੈਂਟ ਹੁੰਦੀ ਹੈ ਤੇ ਉਸ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਉਹਦੀ ਇਮਪਲੀਕੇਸ਼ਨਸ ਹੁੰਦੀਆਂ ਨੇਗੇ ਹਨਾ ਸੋ ਜੇ ਹੁਣ ਕਿਸੇ ਦੀ ਮੈਰਿਜ ਨਹੀਂ ਹੋਈ ਹੈਗੀ ਤਾਂ ਆਬਵੀਅਸਲੀ ਉਹ ਫਾਈਲ ਨਹੀਂ ਲਾ ਸਕਦੇ ਇਕੱਠੇ ਹਾਂਜੀ ਸੋ ਉਸੇ ਤਰੀਕੇ ਦੇ ਨਾਲ ਜਿਹੜਾ ਪੀਟੀ ਹੈਗਾ ਹੁਣ ਪੀਟੀ ਕਈ ਕਈ ਜਿਹੜੀਆਂ ਐਪਲੀਕੇਸ਼ਨਸ ਨੇਗੀ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਪੀਟੀ ਆਪਾਂ ਨਾਲ ਦੀ ਨਾਲ ਜਦੋਂ ਆਪ ਐਪਲੀਕੇਸ਼ਨ ਲੌਂਚ ਕਰਦੇ ਆਂ ਉਦੋਂ ਉਹ ਰਿਜ਼ਲਟ ਨਾਲ ਦੇਣਾ ਹੁੰਦਾ ਕਿ ਮੇਰੇ ਇੰਨੇ ਬੈਂਡ ਆਏ ਨੇ ਜੀ ਇਹ ਤੁਹਾਡੀ ਰਿਕੁਆਇਰਮੈਂਟ ਹੁਣ ਹੋ ਕੇ ਰਿਹਾ ਕਿ ਜੇ ਤੁਹਾਡਾ ਬੁੱਕ ਕਰਾਇਆ ਹੋਇਆ ਸੀ ਉਹ ਕੈਨਸਲ ਹੋ ਗਿਆ ਆਬਵੀਅਸਲੀ ਤੁਸੀਂ ਉਹ ਵੀਜ਼ਾ ਪਾ ਨਹੀਂ ਸਕਦੇ ਹਾਂਜੀ ਕਿਉਂਕਿ ਤੁਹਾਡੀ ਰਿਕੁਆਇਰਮੈਂਟ ਸੀਗੀ ਸੋ ਇਦਾਂ ਦੇ ਹਾਲਾਤ ਜਿਵੇਂ ਉਹ ਕਹਿੰਦੇ ਨੇ ਵੀ ਆਪਾਂ ਪਿਛਲੀ ਵਾਰ ਵੀ ਗੱਲ ਕਰ ਰਹੇ ਸੀ ਜਾਂ ਪਹਿਲਾਂ ਇੱਕ ਦੋ ਵਾਰ ਹੋਈ ਆ ਕਿ ਕਿਸੇ ਨੂੰ ਮਾਹਵਦੀ ਕਿਸੇ ਨੂੰ ਸੁਆਦੀ ਹਾਂਜੀ ਸੋ ਉਵੇਂ ਜਿਵੇਂ ਸਰਕਾਰ ਨੇ ਕਿਹਾ ਵੀ ਚਲੋ ਤੁਸੀਂ ਕੰਮ ਕਰ ਲਓ ਖੁੱਲੇ ਜਿੰਨਾ ਕਰਨਾ ਤੇ ਪਰ ਐਟ ਦਾ ਸੇਮ ਟਾਈਮ ਕਈ ਭੈਣ ਭਰਾ ਇਦਾਂ ਦੇ ਨੇ ਜਿਹੜੇ ਵਿਚਾਰੇ ਬੁਰੇ ਫਸ ਗਏ ਜਿਨ੍ਹਾਂ ਨੂੰ ਕਹਿ ਲੋ ਕਿ ਉਹਨਾਂ ਨੂੰ ਟੈਸਟ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਮੈਰਿਜ ਨਹੀਂ ਹੋ ਰਹੀ ਮੈਡੀਕਲ ਲੇਟ ਹੋ ਗਿਆ ਉਹਨਾਂ ਨੇ ਅੱਗੇ ਕੋਈ ਵੀਜ਼ਾ ਪਾਉਣਾ ਸੋ ਕਹਿਣ ਤੋਂ ਭਾਵ ਇਹ ਹੈ ਕਿ ਇਦਾਂ ਦਾ ਜਿਹੜੀ ਸਿਚੁਏਸ਼ਨ ਆ ਡੈਫੀਨਿਟਲੀ ਬਣੀ ਹੋਈ ਆ ਖਾਸ ਕਰਕੇ ਨਿਊ ਸਾਊਥ ਵੇਲਸ ਤੇ ਜਿਹੜੇ ਵਿਕਟੋਰੀਆ ਦੇ ਵਿੱਚ ਸਾਡੇ ਛੋਟੇ ਭੈਣ ਭਰਾ ਰਹਿੰਦੇ ਨੇ ਉਹਨਾਂ ਦੇ ਲਈ ਜੀ ਕਿਉਂਕਿ ਕਈ ਵਾਰੀ ਮੇਰੇ ਵਰਗੇ ਵਿਚਾਰਿਆਂ ਨੇ ਸੋਚਿਆ ਹੁੰਦਾ ਕਿ ਕੋਈ ਗੱਲ ਨਹੀਂ ਹਲੇ ਦੱਬ ਕੇ ਕੰਮ ਕਰ ਲਈਏ ਜਦੋਂ ਵੀਜ਼ਾ ਖਤਮ ਹੋਊਗਾ ਆਪਾਂ ਪੀਟੀ ਦਾ ਐਗਜ਼ਾਮ ਹੋ ਰਿਹਾ ਦਵਾਗੇ ਟਾਈਮ ਤੇ ਦ ਉਹਦੇ ਉਹ ਆ ਟਾਈਮ ਆ ਜਿਹੜਾ ਹੁਣ ਆ ਜੁਲਾਈ ਅਗਸਟ ਦਾ ਟਾਈਮ ਹੁੰਦਾ ਹੈ ਸਟੂਡੈਂਟ ਵੀਜ਼ਾ ਜਿਹੜੇ ਹੁੰਦੇ ਨੇ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਜਿਹੜੇ ਬੱਚੇ ਆਏ ਹੋਏ ਨੇ ਉਹਨਾਂ ਦੇ ਵੀਜ਼ਾ ਐਕਸਪਾਇਰ ਹੁੰਦੇ ਨੇ ਤੇ ਉਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਮਈ ਜੂਨ ਦੇ ਵਿੱਚ ਜਾਂ ਕਹਿ ਲਓ ਜੁਲਾਈ ਦੇ ਵਿੱਚ ਕੰਪਲੀਟ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਉਹ ਟੀਆਰ ਅਪਲਾਈ ਕਰਦੇ ਨੇ ਤੇ ਉਹ ਟੀਆਰ ਵੀਜ਼ੇ ਦੇ ਵਿੱਚ ਇੱਕ ਸਪੈਸਿਫਿਕ ਰਿਕੁਆਇਰਮੈਂਟ ਹੁੰਦੀ ਆ ਕਿ ਤੁਸੀਂ ਆਇਲਟਸ ਦਾ ਪੇਪਰ ਆ ਜਿਹੜਾ ਉਹ ਦੇ ਕੇ ਉਹਨਾਂ ਨੂੰ ਸਕੋਰ ਦੱਸਣਾ ਆਪਣਾ ਤੇ ਫਿਰ ਉਹ ਤੁਸੀਂ ਵੀਜ਼ਾ ਲਾ ਸਕਦੇ ਹੋ ਹਨ ਸੋ ਉਸ ਹਾਲਾਤ ਦੇ ਵਿੱਚ ਇਸ ਟਾਈਮ ਮੁਸ਼ਕਲ ਹੋਇਆ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਇਹ ਚੀਜ਼ ਕਲੀਅਰ ਕੀਤੀ ਹੈ ਕਿ ਤੁਹਾਨੂੰ ਅਗਰ ਤੁਸੀਂ ਉਹ ਟੈਸਟ ਜਿਹੜਾ ਤੁਹਾਡਾ ਨਹੀਂ ਦਿੱਤਾ ਗਿਆ ਤੁਹਾਡਾ ਕੈਨਸਲ ਹੋ ਗਿਆ ਜਾਂ ਵਾਟ ਏਵਰ ਕਿਸੇ ਵੀ ਰੀਜ਼ਨ ਕਰਕੇ ਤੁਸੀਂ ਨਹੀਂ ਦੇ ਸਕੇ ਉਹ ਟੈਸਟ ਜਿਹੜੇ ਆ ਚੱਲ ਰਹੇ ਨੇ ਕਰੋਨਾ ਡਾਉਨ ਦੇ ਲਾਕਡਾਉਨ ਕਰਕੇ ਤਾਂ ਤੁਸੀਂ ਆਪਣਾ ਅੱਗੇ ਦੀ ਡੇਟ ਦਾ ਬੁੱਕ ਕਰਵਾ ਕੇ ਉਹ ਜਿਹੜਾ ਬੁਕਿੰਗ ਦਾ ਤੁਹਾਡੀ ਰਸੀਟ ਹੈ ਜਾਂ ਬੁਕਿੰਗ ਕਨਫਰਮੇਸ਼ਨ ਹੈਗੀ ਉਹ ਐਪਲੀਕੇਸ਼ਨ ਦੇ ਨਾਲ ਲਾ ਕੇ ਤੇ ਆਪਣੀ ਫਾਈਲ ਆ ਜਿਹੜੀ ਲੋਜ ਕਰ ਸਕਦੇ ਹੋ ਪਰ ਇਹਦੇ ਵਿੱਚ ਇੱਕ ਦੋ ਚੀਜ਼ਾਂ ਧਿਆਨ ਰੱਖਣ ਵਾਲੀਆਂ ਇਹ ਵੀ ਨੇ ਕਿ ਜੀ ਤੁਸੀਂ ਇਹਦੇ 'ਚ ਥੋੜਾ ਜਿਹਾ ਰਿਸਕ ਇਹ ਹੋ ਸਕਦਾ ਕਿ ਉਹਦੀ ਇੱਕ ਸਪੈਸੀਫਿਕ ਰਿਕੁਆਇਰਮੈਂਟ ਆ ਵੀ ਤੁਹਾਡੇ 6 ਬੈਂਡ ਨੇ ਜਿਹੜੇ ਓਵਰਆਲ ਆਉਣੇ ਚਾਹੀਦੇ ਨੇ ਤੇ ਮਿਨੀਮਮ 5 ਹੋਣੇ ਚਾਹੀਦੇ ਨੇ ਜੇ ਤੁਹਾਨੂੰ ਕਿਤੇ ਵੀ ਡਾਊਟ ਲੱਗਦਾ ਕਿ ਇਦਾਂ ਦੀ ਜਿਹੜੀ ਅਚੀਵਮੈਂਟ ਆ ਹੋ ਸਕਦਾ ਪਹਿਲੀ अटेम्प्ट ਦੇ ਵਿੱਚ ਨਾ ਹੋਵੇ ਤਾਂ ਆਪਾਂ 408 ਵੀਜ਼ਾ ਹੁੰਦਾ ਹੈ ਕਿ ਜਿਹੜਾ ਕੋਵਿਡ ਕਰਕੇ ਚੱਲ ਰਿਹਾ ਤੁਸੀਂ ਉਹ ਵੀਜ਼ਾ ਵੀ ਇਨ ਦਾ ਮੀਨ ਟਾਈਮ ਲਾ ਕੇ ਇੱਕ ਵਾਰੀ ਆਪਣੀ ਐਪਲੀਕੇਸ਼ਨ ਗਾਂ ਤੋੜ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਜਿਹੜਾ ਵੀਜ਼ਾ ਹੈ ਫਰੀ ਆਫ ਕਾਸਟ ਹੈ ਜੀ ਜਿਹੜਾ ਕੋਵਿਡ ਵੀਜ਼ਾ ਜਿਹੜਾ ਕੋਵਿਡ ਵੀਜ਼ਾ ਸੋ ਇਹ ਇਹਦੇ ਬਾਰੇ ਆਪਾਂ ਕਈ ਵਾਰ ਡਿਸਕਸ ਵੀ ਕਰਦੇ ਰਹੇ ਹਾਂਗੇ ਇਹਦੇ ਬਾਰੇ ਬੜੇ ਕੁਐਸਚਨਸ ਵੀ ਆਉਂਦੇ ਰਹਿੰਦੇ ਨੇਗੇ ਸੋ ਕਹਿਣ ਤੋਂ ਭਾਵ ਇਹ ਹੈ ਕਿ ਅਗਰ ਤੁਸੀਂ ਟਾਈਮ ਬਾਈ ਕਰਨਾ ਆਪਣਾ ਉਹ ਪੀਡੀ ਦਾ ਟੈਸਟ ਵਗੈਰਾ ਦੇਣ ਵਾਸਤੇ ਤਾਂ ਤੁਸੀਂ ਇਸ ਵੀਜ਼ੇ ਨੂੰ 408 ਨੂੰ ਯੂਟਿਲਾਈਜ਼ ਕਰ ਸਕਦੇ ਹੋ ਅਸੀਂ ਸਕਸੈਸਫੁਲੀ ਕਈ ਵਾਰ ਇਸ ਨੂੰ ਯੂਜ਼ ਕੀਤਾ ਹੁਣ ਤੱਕ ਸੋ ਇਹ ਵੀ ਇੱਕ ਆਪਸ਼ਨ ਹੋ ਸਕਦੀ ਹੈ ਕਿ ਆਪਾਂ ਉਹ ਵੀਜ਼ਾ ਲਾ ਕੇ ਇੱਥੇ ਬਾਅਦ ਚ ਲਾ ਦਈਏ ਬਟ ਟਰਾਈ ਕਰੋ ਕਿ ਤੁਸੀਂ ਸਿੱਧਾ 485 ਵੀ ਲਾ ਦੋ ਕਿਉਂਕਿ ਉਹ ਫਿਰ ਬ੍ਰਿਜਿੰਗ ਵੀਜ਼ਾ ਦੇ ਚੱਕਰ ਦੇ ਵਿੱਚ ਪੈ ਜਾਂਦੇ ਆ ਉਹਦੇ ਵਿੱਚ ਕਈ ਵਾਰ ਕੋਈ ਨਾ ਕੋਈ ਬ੍ਰਿਜਿੰਗ ਸੀ ਦੀ ਵੀ ਨੋ ਵਰਕ ਰਾਈਟ ਵਾਲੇ ਇਦਾਂ ਦੇ ਇੱਕ ਦੋ ਜਿਹੜੇ ਕੰਸਰਨ ਨੇ ਹੋ ਸਕਦੇ ਨੇ ਸੋ ਉਹ ਤੁਸੀਂ ਆਪਣੇ ਜਿਹੜੇ ਮੈਗਰੇਸ਼ਨ ਨੇ ਤੁਹਾਡੇ ਉਹਨਾਂ ਤੋਂ ਉਹਨਾਂ ਦੀ ਐਕਸਪਰਟ ਐਡਵਾਈਸ ਲੈ ਕੇ ਜੋ ਵੀ ਤੁਸੀਂ ਕਰਨਾ ਹੈ ਉਸ ਤਰੀਕੇ ਦੇ ਨਾਲ ਕਰ ਸਕਦੇ ਆਂਗੇ ਤੇ ਤੇ ਇਹ ਜਿਹੜਾ ਆਪਾਂ ਗੱਲ ਕਰ ਰਹੇ ਆਂ ਕਿ ਪ੍ਰਭਾਵਿਤ ਹੋਏ ਨੇ ਵੀਜ਼ਾ ਇਹ ਸਿਰਫ ਕੱਲਾ 485 ਵੀਜ਼ਾ ਜਿਹੜਾ ਪਟਿਆਰ ਕੰਨੇ ਆ ਉਹੀ ਪ੍ਰਭਾਵਿਤ ਹੋਇਆ ਜਾਂ ਕੋਈ ਹੋਰ ਵੀਜ਼ਾ ਵੀ ਨਹੀਂ ਕੁਛ ਅਧੋ ਹੋਏ ਹੋਏ ਹੋਰ ਵੀ ਸਾਰੇ ਵੀਜ਼ੇ ਪ੍ਰਭਾਵਿਤ ਹੋਣਗੇ ਜਿੱਦਾਂ ਮੈਂ ਕਹਿ ਕੇ ਹਟਾਂ ਕਿ ਕਈ ਵੀਜ਼ਾਸ ਨੇ ਉਹਨਾਂ ਦੀ ਐਟ ਦਾ ਟਾਈਮ ਆਫ ਅਪਲੀਕੇਸ਼ਨ ਹੁਣ ਇਹ ਇਹ ਚੀਜ਼ ਸਮਝਣ ਵਾਲੀ ਹੈ ਕਿ ਜਦੋਂ ਆਪਾਂ ਵੀਜ਼ਾ ਲਾਉਨੇ ਆ ਉਹਦੀਆਂ ਕੁਝ ਸਪੈਸੀਫਿਕ ਰਿਕੁਆਇਰਮੈਂਟਸ ਹੁੰਦੀਆਂ ਨੇ ਕਿ ਜਦੋਂ ਉਹ ਵੀਜ਼ਾ ਆਪਾਂ ਲੋਜ ਕਰ ਰਹੇ ਆ ਜਦੋਂ ਉਹ ਵੀਜ਼ਾ ਲਾ ਰਹੇ ਆ ਉਸ ਟਾਈਮ ਉਹਦੀਆਂ ਕੀ ਕੀ ਰਿਕੁਆਇਰਮੈਂਟਸ ਨੇ 1 2 3 4 ਇਦਾਂ ਹੁੰਦੀਆਂ ਨੇ ਹਨਾ ਫਿਰ ਐਟ ਦਾ ਟਾਈਮ ਆਫ ਡਿਸੀਜਨ ਉਹਦੀਆਂ ਰਿਕੁਆਇਰਮੈਂਟਸ ਕੀ ਨੇਗੀਆਂ ਸ ਅੱਗੇ ਉਦਾਂ ਹੀ ਕੈਸਕੇਡ ਹੁੰਦੀਆਂ ਨੇ ਪਰ ਕਈ ਕੇਸਸ ਦੇ ਵਿੱਚ ਇਹ ਹੈ ਕਿ ਐਟ ਦਾ ਟਾਈਮ ਆਫ ਐਪਲੀਕੇਸ਼ਨ ਹੀ ਉਹ ਰਿਕੁਆਇਰਮੈਂਟ ਪੂਰੀ ਕਰਨੀ ਹੁੰਦੀ ਹੈ ਸੋ ਕਈ EMPLOYE S PONSOR VIZAS ਦੇ ਵਿੱਚ ਵੀ ਇਹ ਰਿਕੁਆਇਰਮੈਂਟ ਹੈਗੀ ਹੈ ਸੋ ਕਈ ਸਾਡੇ ਜਿਹੜੇ ਛੋਟੇ ਭੈਣ ਭਰਾ ਨੇ ਜਾਂ ਉਹ ਇਸ ਹਾਲਾਤ ਦੇ ਵਿੱਚ ਵੀ ਫਸੇ ਹੋ ਸਕਦੇ ਨੇ ਕਿ ਉਹਨਾਂ ਦਾ ਇੱਕ ਵੀਜ਼ਾ ਐਕਸਪਾਇਰ ਹੋ ਰਿਹਾ ਤੇ ਉਹਨਾਂ ਨੇ ਫਾਰ ਇਗਜ਼ਾਮਪਲ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ EMPLOYE S PONSOR VIZAS ਉਹਨਾਂ ਨੇ ਕਿਸੇ ਦਾ ਕੋਈ ਵੀਜ਼ਾ ਖਤਮ ਹੋ ਰਿਹਾ ਹੈ ਤੇ ਉਹਨਾਂ ਨੇ ਅਗਲਾ ਉਹ ਵੀਜ਼ਾ ਪਾਉਣਾ ਮੰਨ ਲਓ 186 ਵੀਜ਼ਾ ਪਾਉਣਾਗਾ ਹਾਂਜੀ ਉਹਦੇ ਵਿੱਚ ਵੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਹਾਡੇ ਕੋਲੇ ਬੈਂਡ ਚਾਹੀਦੇ ਨੇ ਹਨ ਸੋ ਉਹ ਵੀਜ਼ੇ ਵੀ ਪ੍ਰਭਾਵਿਤ ਹੋਏ ਨੇ ਬਟ ਅਗਰ ਆਪਾਂ ਟੈਂਪਰੇਰੀ ਵੀਜ਼ਾਸ ਦੀ ਗੱਲ ਕਰੀਏ ਜਿਹੜੇ ਇਸ ਟਾਈਮਿੰਗ ਦੀ ਗੱਲ ਕਰੀਏ ਤਾਂ 485 ਤੋਂ ਮੈਂ ਕਹਣਾ ਕਿ ਕਾਫੀ ਜ਼ਿਆਦਾ ਬੱਚੇ ਹੋਣੇ ਜਿਹੜੇ ਇਸ ਟਾਈਮ ਉਸ ਹਾਲਾਤ ਦੇ ਵਿੱਚ ਹੋਣੇ ਕਿ ਉਹ ਮੈਲਬਨ ਸਿਡਨੀ ਦੇ ਵਿੱਚ ਫਸੇ ਹੋਏ ਨੇ ਟੈਸਟ ਉਹਨਾਂ ਦਾ ਹੋ ਨਹੀਂ ਰਿਹਾ ਤੇ ਉਧਰੋਂ ਵੀਜ਼ੇ ਐਕਸਪਾਇਰ ਹੋ ਰਹੇ ਨੇ ਸੋ ਉਸ ਹਾਲਾਤ ਦੇ ਵਿੱਚ ਆਪਾਂ ਇਹ ਜਿਹੜੀ ਸਟਰੈਟਜੀ ਆਪਾਂ ਅਪਣਾ ਸਕਦੇ ਹਾਂ ਜਾਂ ਤਾਂ ਆਪਣਾ ਬੁੱਕ ਕਰਾ ਕੇ ਆਉਣ ਵਾਲੇ ਕਿਸੇ ਟਾਈਮ ਦਾ 15 20 ਦਿਨ ਮਹੀਨੇ ਦਾ ਅਦਰਵਾਈਜ਼ ਜੇ ਤੁਹਾਨੂੰ ਲੱਗਦਾ ਕਿ ਬੈਂਡ ਹੋ ਸਕਦਾ ਡੋਲ ਜਾਣ ਆਪਣੀ ਵਿੱਚੇ ਨਾ ਹੋਣ ਜਿਹੜੀ ਰਿਕੁਆਇਰਮੈਂਟ ਉਹ ਪੂਰੀ ਨਾ ਹੋਵੇ ਤਾਂ 408 ਲੱਖੇ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਜੇ ਤੁਹਾਡੇ ਬੈਂਡ ਆ ਜਾਂਦੇ ਨੇ ਫਿਰ 485 ਲਾ ਸਕਦੇ ਆਂ ਜੀ ਜਿਹੜਾ ਤੁਸੀਂ ਕਰੋਨਾ ਵੀਜ਼ੇ ਦੀ ਗੱਲ ਕੀਤੀ ਹੈ ਇਹਦੇ ਬਾਰੇ ਚ ਦਰਸ਼ਕਾਂ ਦੇ ਬਹੁਤ ਸਾਰੇ ਸਵਾਲ ਨੇ ਬਟ ਆਪਾਂ ਕਿਉਂਕਿ ਪਿਛਲੇ ਸ਼ੋਅ 'ਚ ਕੁਝ ਤਕਨੀਕੀ ਖਰਾਬੀ ਦਾ ਕਰਕੇ ਆ ਆਪਾਂ ਜਿਹੜੇ ਹੈਗੇ ਨੇ ਸਵਾਲ ਨਹੀਂ ਸੀ ਲੈ ਸਕੇ ਦਰਸ਼ਕਾਂ ਦੇ ਤੇ ਉਹ ਸਵਾਲ ਆਪਣੇ ਕੋਲ ਹੈਗੇ ਆ ਤੇ ਆਪਾਂ ਉਹਨਾਂ ਦੇ ਹੁਣ ਆਨਸਰ ਕਰ ਦਿੰਨੇ ਆ ਜੀ ਬਿਲਕੁਲ ਪਹਿਲਾ ਹੈਗਾ ਪਰਮਪਾਲ ਕੌਰ ਜੀ ਦਾ ਸਵਾਲ ਆ ਸਰ ਕੈਨ ਵੀ ਗੋ ਕੈਨਬਰਾ ਫॉर अर्ली ਚਾਈਲਡਹੂਡ ਟੀਚਰ ਵਿਚ ਸਟੇਟ ਇਜ਼ ਬੈਟਰ अर्ली ਚਾਈਲਡਹੂਡ ਫॉर अर्ली ਚਾਈਲਡਹੂਡ ਟੀਚਰ ਉਹਨਾਂ ਕੋਲੇ 6 ਮੰਥ ਐਕਸਪੀਰੀਅੰਸ ਹੈ ਵਿਕਟੋਰੀਆ ਦੇ ਵਿੱਚ ਅਹ ਕੈਨਬਰਾ ਦੇ ਵਿੱਚ ਤੁਸੀਂ ਜਾ ਸਕਦੇ ਹੋ ਜੀ ਕੈਨਬਰਾ ਦੀ ਜਿਹੜੀ ਲਿਸਟ ਦੇ ਵਿੱਚ ਆਈ ਬਿਲੀਵ ਇਹ ਜਿਹੜੀ ਓਕਿਊਪੇਸ਼ਨ ਹੈ ਹੈਗੀ ਹੈਗੀ ਅ ਇਹਦੇ ਵਿੱਚ ਸਭ ਤੋਂ ਜ਼ਿਆਦਾ ਸਮਝਣ ਵਾਲੀ ਚੀਜ਼ ਇਹ ਹੈ ਕਿ ਜਿਹੜੀ ਕੈਨਬਰਾ ਜੇ ਤੁਸੀਂ ਜਾਣਦੇ ਹੋ ਉੱਥੇ ਤਾਂ ਜਾਣ ਤੋਂ ਪਹਿਲਾਂ ਇੱਕ ਵਾਰ ਆਪਣੇ ਕੈਨਬਰਾ ਦੇ ਮੈਟ੍ਰਿਕਸ ਦੇ ਜਿਹੜੇ ਪੁਆਇੰਟਸ ਨੇ ਉਹ ਜ਼ਰੂਰ ਕੈਲਕੂਲੇਟ ਕਰ ਲਿਓ ਉਹ ਤੇ ਤੁਹਾਨੂੰ ਆਪਣੀ ਆਕਿਊਪੇਸ਼ਨ ਦੇ ਵਿੱਚ ਮਤਲਬ ਜਿਹੜੀ ਤੁਹਾਡੀ ਜਿੱਦਾਂ ਕਿ ਪ੍ਰਾਇਮਰੀ ਜਿਹੜੇ ਤੁਹਾਡੇ ਟੀਚਰ ਦੀ ਜਿਹੜੀ ਆਕਿਊਪੇਸ਼ਨ ਹੈ ਉਹਦੇ ਵਿੱਚ ਜੌਬ ਕਰਨੀ ਜ਼ਰੂਰੀ ਨਹੀਂ ਹੈਗੀ ਬਟ ਕੋਈ ਜੌਬ ਕਰਨੀ ਜ਼ਰੂਰੀ ਹੈ ਘੱਟੋ ਘੱਟ 3 ਮਹੀਨੇ 491 ਲਈ ਸੋ ਜਾਣ ਤੋਂ ਪਹਿਲਾਂ ਜਿਹੜੇ ਉਹ ਪੁਆਇੰਟਸ ਨੇ ਉਹ ਇੱਕ ਵਾਰ ਕੈਲਕੂਲੇਟ ਕਰ ਲਓ ਕਿ ਇੱਕ ਚੀਜ਼ ਹੋਰ ਐਨਲਾਈਜ਼ ਕਰਨ ਦੀ ਚੀਜ਼ ਜ਼ਰੂਰ ਤਾਂ ਕਿ ਉਹਨਾਂ ਨੇ ਤੁਹਾਡੀ ਇਸ ਆਕਿਊਪੇਸ਼ਨ ਦੇ ਵਿੱਚ ਪਹਿਲਾਂ ਕਿੰਨੇ ਇੱਕ ਜਿਹੜੇ ਪੁਆਇੰਟਸ ਨੇ ਉਹਦੇ ਉੱਤੇ ਇਨਵਾਈਟ ਕੀਤਾ ਹੋਇਆ ਹੈ ਮਤਲਬ ਜਿਹੜੇ ਤੁਹਾਡੇ ਤੁਹਾਡੀ ਓਕਿਊਪੇਸ਼ਨ ਵਾਲੇ ਜਿਹੜੇ ਬੱਚੇ ਸੀਗੇ ਪਹਿਲਾਂ ਜਿਨ੍ਹਾਂ ਨੂੰ ਪਿਛਲੇ ਸਾਲ ਉਹ ਕਿੰਨੇ ਕ ਪੁਆਇੰਟਾਂ ਦੇ ਉੱਤੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਮੈਟ੍ਰਿਕਸ ਪੁਆਇੰਟਸ ਦੇ ਉੱਤੇ ਸੋ ਅਗਰ ਦੋਨੇ ਚੀਜ਼ਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਉਹਨੇ ਪੁਆਇੰਟ ਬਣ ਰਹੇ ਨੇਗੇ ਤੇ ਇੰਨੇ ਕ ਪੁਆਇੰਟਾਂ ਦੇ ਉੱਤੇ ਉਹਨਾਂ ਨੇ ਪ੍ਰੀਵੀਅਸਲੀ ਆਪਣੀ ਇਨਵਾਈਟ ਦਿੱਤੇ ਹੋਏ ਨੇ ਹਾਂਜੀ ਤਾਂ ਕੈਨਬਰਾ ਜਾ ਕੇ ਤੁਸੀਂ ਕੋਈ ਵੀ ਜੌਬ ਕਰ ਸਕਦੇ ਹੋ ਪਰ ਜੇ ਤੁਹਾਨੂੰ ਆਪਣੀ ਜੌਬ ਮਿਲ ਜਾਂਦੀ ਹੈਗੀ ਜਿਹੜੀ ਕਿ ਉਹਨਾਂ ਦੀ ਕ੍ਰਿਟੀਕਲ ਲਿਸਟ ਦੇ ਵਿੱਚ ਵੀ ਹੈਗੀ ਆ ਤਾਂ ਉਹਦੇ ਤੁਹਾਨੂੰ ਸਿੱਧੇ ਸਿੱਧੇ 20 ਪੁਆਇੰਟ ਮਿਲ ਜਾਂਦੇ ਨੇ ਕੈਨਬਰਾ ਦੇ ਸੋ ਅ ਮਿਲ ਤੁਹਾਡੇ ਲਈ ਵਧੀਆ ਵੀ ਹੋ ਸਕਦਾ ਹੈ ਬਾਕੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਬੈਸਟ ਸਟੇਟ ਕਿਹੜੀ ਹੈਗੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੇਖਣਾ ਜ਼ਰੂਰੀ ਹੈ ਕਿ ਉਹ ਸਟੇਟ ਦੀ ਲਿਸਟ ਦੇ ਵਿੱਚ ਮੇਰੀ ਜਿਹੜੀ ਓਕਿਪੇਸ਼ਨ ਹੈ ਜਿਹੜੀ ਤੁਹਾਡੀ ਟੀਚਰ ਵਾਲੀ ਓਕਿਪੇਸ਼ਨ ਹੈ ਉਹਨਾਂ ਦੀ ਸਟੇਟ ਲਿਸਟ ਦੇ ਵਿੱਚ ਹੈਗੀ ਹੈ ਕਿ ਨਹੀਂ ਹੈਗੀ ਦੂਸਰੇ ਨੰਬਰ ਤੇ ਮੋਸਟਲੀ ਜਿਹੜੀਆਂ ਸਟੇਟਸ ਨੇ ਹੈਗੀਆਂ ਉਹ ਤੁਹਾਡਾ ਜਿਹੜਾ ਜੌਬ ਦਾ ਜਿਹੜਾ ਐਕਸਪੀਰੀਅੰਸ ਆ ਜਾਂ ਵਰਕ ਹੈ ਉਹਨਾਂ ਦੀ ਕੋਈ ਨਾ ਕੋਈ ਰਿਕੁਆਇਰਮੈਂਟ ਹੁੰਦੀ ਆ 3 ਮਹੀਨੇ ਦੀ 6 ਮਹੀਨੇ ਦੀ ਸਾਲ ਦੀ ਫੁੱਲ ਟਾਈਮ ਵੀ ਹੋ ਸਕਦੀ ਆ ਪਾਰਟ ਟਾਈਮ ਵੀ ਹੋ ਸਕਦੀ ਆ ਜਾਇ ਇਹ ਕਹ ਲੋ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਜੋਬ ਆਫਰ ਦੀ ਰਿਕੁਆਇਰਮੈਂਟ ਹੋ ਸਕਦੀ ਹੈ ਸੋ ਉਹ ਚੈੱਕ ਕਰਕੇ ਤੁਸੀਂ ਬੈਸਟ ਜਿਹੜੀ ਸਟੇਟ ਆਪ ਚੂਜ਼ ਕਰ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਇਹ ਦੱਸ ਸਕਦਾ ਵੀ ਕਿਹੜੀ ਸਟੇਟ 'ਚ ਕਿਹੜੀ ਰਿਕੁਆਇਰਮੈਂਟ ਹੈ ਹੋ ਸਕਦਾ ਉਹ ਸਟੇਟ ਦੇ ਵਿੱਚ ਤੁਹਾਨੂੰ ਜੋਬ ਨਾ ਮਿਲੇ ਸੋ ਬੈਸਟ ਸਟੇਟ ਉਹ ਹੈ ਜਿੱਥੇ ਤੁਹਾਨੂੰ ਜੋਬ ਮਿਲਣੀ ਹੈ ਪਰ ਉਹ ਜੋਬ ਮਿਲਣ ਦੇ ਐਟ ਦਾ ਟਾਈਮ ਜਦ ਤੁਹਾਨੂੰ ਜੋਬ ਮਿਲਣੀ ਹੈ ਉਸ ਟਾਈਮ ਉਹਨਾਂ ਦਾ ਜਿਹੜਾ ਮਾਈਗ੍ਰੇਸ਼ਨ ਦਾ ਕ੍ਰਾਈਟੇਰੀਆ ਇਮੀਗ੍ਰੇਸ਼ਨ ਦਾ ਕਿ ਕਿਸ ਕ੍ਰਾਈਟੇਰੀਆ ਨੂੰ ਪੂਰਾ ਕਰਨ ਤੇ ਤੁਹਾਨੂੰ ਉਹ ਨਾਮਿਨੇਟ ਕਰਨਗੇ ਉਹ ਜ਼ਰੂਰ ਚੈੱਕ ਕਰ ਲੈਣਾ ਪਰ ਅਗਰ ਕੈਨਬਰਾ ਦੇ ਵਿੱਚ ਤੁਸੀਂ ਤੁਹਾਨੂੰ ਲੱਗਦਾ ਕਿ ਤੁਹਾਡੇ ਇਨਫ ਪੁਆਇੰਟ ਹੋ ਜਾਣਗੇ ਤਾਂ ਕੈਨਬਰਾ ਵੀ ਗੁੱਡ ਸਟੇਟ ਹੋ ਸਕਦੀ ਹੈ ਜੀ ਤੇ ਦੂਜਾ ਸਵਾਲ ਜਿਹੜਾ ਸੀਗਾ ਉਹ ਦੀਪਕ ਪਾਟਿਆ ਜੀ ਉਹਨਾਂ ਦਾ ਸੀਗਾ ਜੀ ਉਹ ਕਹਿ ਰਹੇ ਨੇ ਸਸਿਕਾ ਲੰਮਨ ਜੀ ਐਨੀ ਅਪਡੇਟਸ ਔਨ ਬ੍ਰਿਜਿੰਗ ਵੀਜ਼ਾਸ ਵੈਨ ਦਾ ਫਾਈਲ ਵਿਲ ਓਪਨ 20 ਮੰਥਸ ਅਪ੍ਰੋਕਸੀਮੇਟਲੀ ਕੰਪਲੀਟਿਡ ਔਨ ਬ੍ਰਿਜਿੰਗ ਵੀਜ਼ਾ ਯੈਟ ਜੀ ਬ੍ਰਿਜਿੰਗ ਵੀਜ਼ਾ ਦੇ ਉੱਤੇ ਪਾਟਿਆ ਜੀ ਕੋਈ ਅਪਡੇਟ ਨਹੀਂ ਹੈਗੀ ਲੇਕਿਨ ਆਈ ਅੰਡਰਸਟੈਂਡ ਕਿ ਤੁਸੀਂ ਸਟੂਡੈਂਟ ਵੀਜ਼ਾ ਸਬਸੀਕੁਐਂਟੈਂਟ ਦੀ ਗੱਲ ਕਰ ਰਹੇ ਹੋਗੇ ਕਿ ਤੁਹਾਡੀ ਫਾਈਲ ਲੱਗੇ ਨੂੰ 20 ਮਹੀਨੇ ਹੋ ਗਏ ਤੇ ਤੁਸੀਂ ਬ੍ਰਿਜਿੰਗ ਵੀਜ਼ਾ ਦੇ ਉੱਤੇ ਹੋਗੇ ਸੋ ਬੇਸਿਕਲੀ ਹੋ ਕੀ ਰਿਹਾ ਪਿਛਲੇ ਘਟੋ ਘਟ ਡੇਢ ਦੋ 2.5 ਸਾਲਾਂ ਤੋਂ ਮੈਂ ਕਹਿੰਨਾ ਥੋੜਾ ਹੋ ਸਕਦਾ 3 ਸਾਲ ਦੀ ਅੱਧਾ ਅੱਧਾ ਟਾਈਮ ਹੋ ਗਿਆ ਹੋਵੇ ਜਿਹੜੇ ਸਬਸੀਕੁਐਂਟੈਂਟ ਫਾਈਲਾਂ ਸੀਗੀਆਂ ਉਹਨਾਂ ਦੇ ਵਿੱਚ ਜਿਹੜੀਆਂ ਓਨਸ਼ੋਰ ਫਾਈਲਾਂ ਸੀ ਪਹਿਲਾਂ ਉਹਨਾਂ 'ਚ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਕਿਉਂਕਿ ਹੁੰਦਾ ਕੀ ਸੀਗਾ ਇੰਡੀਆ ਤੋਂ ਕਹ ਲਓ ਆਪਾਂ ਇਦਾਂ ਦੇ ਕਈ ਕੇਸਸ ਆਉਂਦੇ ਸੀਗੇ ਕਿ ਜਦੋਂ ਇੱਕ ਜਿਹੜੇ ਪ੍ਰਾਇਮਰੀ ਐਪਲੀਕੈਂਟ ਹੁੰਦੇ ਸੀ ਜਦੋਂ ਉਹ ਉਹਨਾਂ ਦਾ ਵੀਜ਼ਾ ਲੱਗ ਜਾਂਦਾ ਸੀ ਤਾਂ ਉਹ ਉਸ ਸਮੇਂ ਤੋਂ ਲੈ ਕੇ ਫਲਾਈਟ ਫੜਨ ਤੱਕ ਆਪਣਾ ਵਿਆਹ ਕਰਵਾ ਲੈਂਦੇ ਸੀ ਤੇ ਜੇ ਨਹੀਂ ਵੀ ਕਰਾਉਂਦੇ ਸੀ ਤਾਂ ਇੱਥੇ ਆਉਂਦੇ ਸੀ ਇੱਕ ਸਮੈਸਟਰ ਲਾ ਕੇ ਵਾਪਸ ਜਾ ਕੇ ਵਿਆਹ ਕਰਵਾ ਕੇ ਆਪਣੇ ਸਪਾਊਸ ਦੀ ਫਾਈਲ ਲਾ ਕੇ ਵਾਪਿਸ ਆ ਜਾਂਦੇ ਸੀਗੇ ਸੋ ਉਸ ਤਰੀਕੇ ਦੇ ਨਾਲ ਕੀ ਹੋ ਰਿਹਾ ਸੀ ਡਿਪਾਰਟਮੈਂਟ ਕੋਲੇ ਡਬਲ ਫਾਈਲਾਂ ਜਾ ਰਹੀਆਂ ਸੀਗੀਆਂ ਇੱਕੋ ਵੀਜ਼ਾ ਕੈਟਾਗਰੀ ਦੀਆਂ ਇੱਕੋ ਬੰਦੇ ਦੀਆਂ ਤਾਂ ਮੇਬੀ ਜਾਂ ਹੋਰ ਕੋਈ ਉਹਨਾਂ ਦਾ ਕੋਈ ਪੋਲਿਟਿਕਲ ਰੀਜ਼ਨ ਹੋਵੇ ਜਾਂ ਕੋਈ ਕਲੋ ਫਾਈਨੈਂਸ਼ੀਅਲ ਰੀਜ਼ਨ ਹੋਵੇ ਆਈ ਡੋਨਟ ਨੋ ਉਹ ਐਗਜ਼ੈਕਟਲੀ ਨਹੀਂ ਪਤਾ ਮੈਨੂੰ ਉਹਦੇ ਕਰਕੇ ਜਿਹੜੀਆਂ ਆਫਸ਼ੋਰ ਦੀਆਂ ਫਾਈਲਾਂ ਸੀ ਉਹ ਬੜੀ ਲੰਬੀ ਉਹਨਾਂ ਦੇ ਟਾਈਮ ਲਾਈਨ ਹੋ ਗਈ ਸੀ ਪ੍ਰੋਸੈਸਿੰਗ ਟਾਈਮ ਬੜਾ ਲੰਬਾ ਕਰਤਾ ਸੀਗਾ ਉਹਦੇ ਵਿੱਚ ਇੱਕ ਟਾਈਮ ਚੱਲਿਆ ਵੀ ਸੀਗਾ ਕਿ ਜੀ ਅਸੀਂ ਤੁਹਾਡੀ ਫਾਸਟ ਟਰੈਕ ਫਾਈਲ ਲਾਵਾਂਗੇ ਤੇ ਬੜੇ ਆਂ ਇੰਡੀਆ ਦੇ ਵਿੱਚ ਖਾਸ ਕਰਕੇ ਏਜੰਸੀਗੇ ਜਿ ਐਕਸਟਰਾ ਲੋਕਾਂ ਤੋਂ ਵਾਧੂ ਪੈਸੇ ਲੈ ਲੈ ਕੇ ਉਹ ਫਾਈਲਾਂ ਲਾਈਆਂ ਸੀ ਜਿਹਦੇ ਕਿ ਕੋਈ ਫਾਸਟ ਟਰੈਕ ਵਾਲੀ ਗੱਲ ਹੈ ਨਹੀਂ ਸੀ ਉਹ ਕੰਬਾਈਨ ਐਪਲੀਕੇਸ਼ਨ ਲੱਗਦੀ ਸੀ ਲੇਕਿਨ ਕਹਿਣ ਤੋਂ ਪਹਿਲਾਂ ਮੇਰਾ ਇਹ ਹੈ ਕਿ ਉਹ ਚੀਜ਼ ਜਦੋਂ ਉੱਥੇ ਬੰਦ ਹੋ ਗਈ ਜਦੋਂ ਉੱਥੇ ਪਤਾ ਲੱਗਾ ਕਿ ਲੰਬਾ ਟਾਈਮ ਲੱਗ ਰਿਹਾ ਹੈ ਤਾਂ ਇੱਥੇ ਆ ਕੇ ਇਹ ਚੀਜ਼ ਇਦਾਂ ਹੀ ਹੋਈ ਕਿ ਜਿਹੜੇ ਇੱਥੋਂ ਦੇ ਜਿਹੜੀ ਜਦੋਂ ਸਬਸਿਕੁਐਂਟੈਂਟ ਦੀ ਫਾਈਲ ਲਾਉਂਦੇ ਸੀ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ ਲੇਕਿਨ ਪਿਛਲੇ ਕਾਫੀ ਟਾਈਮ ਤੋਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀਆਂ ਫਾਈਲਾਂ ਇਦਾਂ ਹੀ ਪਈਆਂ ਨੇ ਬ੍ਰਿਜਿੰਗ ਵੀਜ਼ਾਸ ਤੇ ਚੱਲ ਰਹੇ ਨੇ ਉਹ ਤੇ ਉਹਨਾਂ ਦਾ ਕੁਝ ਨਹੀਂ ਕਿਸੇ ਨੂੰ ਪਤਾ ਹੈਗਾ ਡਿਪਾਰਟਮੈਂਟ ਨੂੰ ਮਤਲਬ ਈਮੇਲਾਂ ਵੀ ਜਾ ਕਰ ਰਹੇ ਨੇ ਅਸੀਂ ਇਕੱਲੇ ਇਕੱਲੇ ਤੁਸੀਂ ਨਹੀਂ ਹੈਗੇ ਇਸ ਹਾਲਾਤ ਦੇ ਵਿੱਚ ਬੜੇ ਹੋਰ ਐਪਲੀਕੈਂਟਸ ਨੇ ਜਿਹੜੇ ਫਸੇ ਹੋਏ ਨੇ ਸੋ ਡਿਪਾਰਟਮੈਂਟ ਨੂੰ ਬਹੁਤ ਈਮੇਲਸ ਵੀ ਗਈਆਂ ਨੇ ਸਾਡੀਆਂ ਅਥਾਰਟिटीज ਨੇ ਗਈਆਂ ਜਿਹੜੀਆਂ ਮੀਆ ਕਰਕੇ ਆ ਉਹਨਾਂ ਨੂੰ ਵੀ ਈਮੇਲਸ ਗਈਆਂ ਨੇ ਲੇਕਿਨ ਕੋਈ ਐਕਸ਼ਨ ਜਿਹੜਾ ਡਿਪਾਰਟਮੈਂਟ ਲੈ ਨਹੀਂ ਰਿਹਾ ਹੈਗਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡਾ ਵੀਜ਼ਾ ਨਹੀਂ ਲੱਗਣਾ ਹੈਗਾ ਤੁਹਾਨੂੰ ਕੋਈ ਨਾ ਕੋਈ ਹਾਲੇ ਦਾ ਡੈਫੀਨਿਟਲੀ ਮਿਲੂਗਾ ਲੇਕਿਨ ਜਿਹੜਾ ਉਹ ਡਿਸੀਜਨ ਨਾ ਲੈਣਾ ਉਹ ਸਰਕਾਰ ਲਈ ਮੈਨੂੰ ਕਹਿ ਇੱਕ ਸ਼ਰਮਨਾਕ ਗੱਲ ਤੁਸੀਂ ਇਸ ਤੋਂ ਚੰਗਾ ਕਿ ਤੁਸੀਂ ਵੀਜ਼ਾ ਰਿਫਿਊਜ਼ ਕਰ ਦੋ ਜੀ ਤੁਸੀਂ ਇੱਕ ਸਰਵਿਸ ਹੈ ਉਹਦੇ ਤੋਂ ਅਸੀਂ ਮਤਲਬ ਫੀਸ ਦਿੱਤੀ ਆ ਬੰਦੇ ਨੇ ਤੁਸੀਂ 20-20 ਮਹੀਨੇ ਚੱਕ ਜੋ ਮਹੀਨੇ ਫਾਈਲਾਂ ਲਟਕਾਉਣ ਦਾ ਕੋਈ ਤੁਕ ਨਹੀਂ ਬਣਦੀ ਹੈਗੀ ਜ ਜਨਾਂ ਕੋਲੇ ਸਟਾਫ ਨਹੀਂ ਹੈਗਾ ਤਾਂ ਇਹ ਤਾਂ ਉਹਨਾਂ ਦੀ ਪ੍ਰੋਬਲਮ ਹੈਗੀ ਬਟ ਐਟ ਲੀਸਟ ਕੋਈ ਡਿਸੀਜਨ ਲੈ ਕੇ ਬੰਦੇ ਨੂੰ ਇੱਕ ਸਾਈਡ ਤੇ ਕਰੋ ਤਾਂ ਕਿ ਉਹ ਅਗਲਾ ਆਪਣਾ ਉਸ ਤਰੀਕੇ ਦੇ ਨਾਲ ਪਲਾਨ ਕਰ ਸਕੇ ਸੋ ਮੈਂ ਤਾਂ ਇਹ ਕਹੂੰਗਾ ਕਿ ਤੁਸੀਂ ਵੇਟ ਕਰੋ ਤੇ ਹੋ ਸਕਦਾ ਜਲਦੀ ਡਿਪਾਰਟਮੈਂਟ ਤੁਹਾਡੀ ਫਾਈਲ ਹੈ ਜਿਹੜੀ ਉਹਨੂੰ ਡਿਸਾਈਡ ਕਰ ਲੈਣਗੇ ਜੀ ਤੇ ਉਮੀਦ ਹੈ ਕਿ ਉਹਨਾਂ ਨੂੰ ਉਹਨਾਂ ਦੇ ਸਵਾਲ ਦਾ ਜਵਾਬ ਮਿਲ ਗਿਆ ਹੋਗਾ ਆਪਾਂ ਉਹਨਾਂ ਨੂੰ ਬਹੁਤ ਆਪਣੇ ਵੱਲੋਂ ਟਰਾਈ ਕੀਤਾ ਕਿ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰਨ ਦਾ ਤੇ ਜਿੱਦਾਂ ਹੁਣ ਆਪਾਂ ਗੱਲ ਕਰਦੇ ਸੀ ਕੋਵਿਡ ਵੀਜ਼ਾ ਦੀ ਤੇ ਆਪਾਂ ਪਿਛਲੇ ਕੁਝ ਜਿਹੜੇ ਪ੍ਰੋਗਰਾਮ ਨੇ ਉਹਨਾਂ ਚ ਵੀ ਆਪਾਂ ਕੋਵਿਡ ਵੀਜ਼ਾ ਬਾਰੇ ਡਿਸਕਸ ਕੀਤਾ ਸੀਗਾ ਪਰ ਹਾਲੇ ਵੀ ਲੋਕਾਂ ਦੇ ਬਹੁਤ ਸਵਾਲ ਨੇ ਲੋਕ ਡਰਦੇ ਆ ਇਹ ਵੀਜ਼ਾ ਲਾਉਣ ਤੋਂ ਕਿ ਇਹ ਪਤਾ ਨਹੀਂ ਕੀ ਹੋ ਜਾਊਗਾ ਸੀ ਸ਼ਾਇਦ ਉਸ ਤੋਂ ਬਾਅਦ ਸਾਨੂੰ ਵਾਪਸ ਜਾਣਾ ਪੈ ਜਾਊਗਾ ਉਹ ਦੇ ਵਿੱਚ ਇੱਕ ਜਿਹੜਾ ਹੁੰਦਾ ਹੈ ਕੁਝ ਕ੍ਰਿਟੀਕਲ ਦਾ ਕਰਕੇ ਕਹਿੰਦੇ ਆਪਾਂ এমਪਲੋਇਰ ਦਾ ਦਿਖਾਣਾ ਪੈਂਦਾ ਆ ਜੀ ਬਿਲਕੁਲ ਮੈਂ ਮੈਂ ਤੁਹਾਡੀ ਗੱਲ ਮਤਲਬ ਕਿ ਟੋਕਾਂਗਾ ਸੌਰੀ ਕੱਲੇ ਐਪਲੀਕੈਂਟ ਨਹੀਂ ਡਰ ਰਹੇ ਮੈਂ ਕਹਿੰਨਾ ਮੈਗਰੇਸ਼ਨ ਅਫਸਰ ਵੀ ਬਹੁਤ ਡਰ ਰਹੇ ਨੇ ਜੀ ਕਿਉਂਕਿ ਇਹਦੀ ਕਨਫਿਊਜ਼ਨ ਬੜੀ ਹੈ ਕਿ ਇਹ ਵੀਜ਼ਾ ਲਾਉਣਾ ਕਿੰਨੇ ਆ ਕਿਹਦੀ ਕਿਹਦੀ ਮਤਲਬ ਕੌਣ ਲਾ ਸਕਦਾ ਹੈ ਵੀਜ਼ਾ ਬੜੀ ਕਨਫਿਊਜ਼ਨ ਚੱਲ ਰਹੀ ਹੈਗੀ ਇਹ ਬੜੇ ਪਰ ਮੈਂ ਤੁਹਾਨੂੰ ਦੱਸਦਾ ਅਸੀਂ ਆਲਮੋਸਟ ਹਾਫ ਸੈਂਚਰੀ ਮਾਰ ਚੁੱਕੇ ਹਾਂਗੇ ਆਲਮੋਸਟ ਸਾਡੇ 50 ਦੇ ਨੇੜੇ ਦੇ ਵੀਜ਼ੇ ਲਾ ਚੁੱਕੇ ਹਾਂਗੇ ਤੇ ਹਾਲੇ ਤੱਕ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਠੀਕ ਹੈ ਇਹਦੇ ਵਿੱਚ ਤੁਸੀਂ ਕ੍ਰਿਟੀਕਲ ਦੀ ਗੱਲ ਕੀਤੀ ਸੀ ਬੇਸਿਕਲੀ ਅਗਰ ਤੁਸੀਂ ਕ੍ਰਿਟੀਕਲ ਸੈਕਟਰ ਦੇ ਵਿੱਚ ਕੰਮ ਕਰਦੇ ਹੋ ਕ੍ਰਿਟੀਕਲ ਸੈਕਟਰ ਹੈ ਜਿਹੜੀ ਉਹਦੀ ਉਹਨਾਂ ਨੇ ਦੋ ਤਿੰਨ ਅਲੱਗ ਤਰੀਕਿਆਂ ਦੇ ਨਾਲ ਡਿਫਾਈਨ ਕੀਤਾ ਹੋਇਆ ਹੈਗਾ ਵੀ ਕ੍ਰਿਟੀਕਲ ਸੈਕਟਰ ਕਿਹੜਾ ਕ੍ਰਿਟੀਕਲ ਸਕਿੱਲ ਕਿਹੜਾ ਹੈਗਾ ਹਨਾ ਉਹ ਉਹਨਾਂ ਦੀ ਡੈਫੀਨੇਸ਼ਨ ਹੈ ਜਿਹੜੀਆਂ ਉਹ ਡਿਪਾਰਟਮੈਂਟ ਦੀ ਵੈਬਸਾਈਟ ਦੇ ਉੱਤੇ ਸਾਰੀ ਇਨਫਰਮੇਸ਼ਨ ਪਈ ਹੈ ਉਹਨਾਂ ਨੇ ਇੱਕ ਸਪੈਸ਼ਲ ਪੇਜ ਬਣਾਇਆ ਹੋਇਆ ਹੈ ਕੋਵਿਡ 19 ਦਾ ਇਹਦੇ ਉੱਤੇ ਸੋ ਉੱਥੋਂ ਇਨਫਰਮੇਸ਼ਨ ਆਪਾਂ ਲੈ ਸਕਦੇ ਆ ਲੇਕਿਨ ਜਿਹੜਾ ਅ ਜਿੱਦਾਂ ਕਿ ਐਨ ਡੀ ਆਈ ਐਸ ਹੈਗਾ ਆਪਣਾ ਏਜਡ ਕੇਅਰ ਹੈਗਾ ਐਗਰੀਕਲਚਰ ਸੈਕਟਰ ਆ ਹਸਪੀਟੈਲਿਟੀ ਸੈਕਟਰ ਆ ਸੋ ਇਹ ਸੈਕਟਰ ਦੇ ਵਿੱਚ ਅਗਰ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਇਹ ਵੀਜ਼ਾ इजीली ਲਾ ਸਕਦੇ ਹੋ ਤੇ ਤੁਹਾਨੂੰ ਇਹ ਵੀਜ਼ਾ 1 ਸਾਲ ਦਾ ਮਿਲੇਗਾ 1 ਸਾਲ ਪਰ ਇੱਕ ਚੀਜ਼ ਜਿਹੜੀ ਬੜੀ ਮਿਸਿੰਗ ਹੈਗੀ ਜਿਹਦੇ ਬਾਰੇ ਕਹ ਲਓ ਕਿ ਕਨਫਿਊਜ਼ਨ ਆ ਭੰਬਲ ਪੁੱਸਾ ਜਿਹੜਾ ਮੇਨ ਹੈਗਾ ਉਹ ਇਹ ਹੈ ਕਿ ਮੰਨ ਲਓ ਤੁਸੀਂ ਕ੍ਰਿਟੀਕਲ ਸੈਕਟਰ ਚ ਕੰਮ ਨਹੀਂ ਕਰਦੇ ਕੀ ਤੁਸੀਂ ਇਹ ਵੀਜ਼ਾ ਲਾ ਸਕਦੇ ਹੋ ਸੋ ਦੋਸਤੋ ਮੈਂ ਤੁਹਾਨੂੰ ਬੜਾ ਕਲੀਅਰ ਕਰਨਾ ਚਾਹੁੰਦਾ ਅਸੀਂ ਸਕਸੈਸਫੁਲੀ ਸਾਡੇ ਵੀਜ਼ੇ ਲੱਗੇ ਵੀ ਨੇ ਗ੍ਰਾਂਟ ਹੋਏ ਨੇਗੇ ਇਹ ਵੀਜ਼ਾ ਅਗਰ ਤਾਂ ਤੁਸੀਂ ਕ੍ਰਿਟੀਕਲ ਸੈਕਟਰ 'ਚ ਕੰਮ ਕਰਦੇ ਹੋ ਡੈਫੀਨੇਟਲੀ ਤੁਸੀਂ ਲਾ ਸਕਦੇ ਹੋ ਅਗਰ ਤੁਸੀਂ ਕੰਮ ਨਹੀਂ ਵੀ ਕਰਦੇ ਤਾਂ ਵੀ ਤੁਸੀਂ ਇਹ ਵੀਜ਼ਾ ਲਾ ਸਕਦੇ ਹੋ ਬਸ਼ਰਤੇ ਕਿ ਤੁਸੀਂ ਇਸ ਮੰਨ ਲਓ ਫਾਰ ਐਗਜ਼ਾਮਪਲ ਤੁਸੀਂ ਸਟੂਡੈਂਟ ਵੀਜ਼ੇ ਤੇ ਹੋ ਇਥੇ ਤੁਹਾਡੀ ਹਲੇ ਸੀਓਈ ਦੇ 3 ਮਹੀਨੇ 4 ਮਹੀਨੇ ਪਏ ਨੇਗੇ ਉਸ ਹਾਲਾਤ ਦੇ ਵਿੱਚ ਤੁਸੀਂ ਇਹ ਵੀਜ਼ਾ ਨਹੀਂ ਲਾ ਸਕਦੇ ਕਿਉਂਕਿ ਤੁਹਾਡੇ ਕੋਲੇ ਕਨਫਰਮੇਸ਼ਨ ਆਫ ਇਨਰੋਲਮੈਂਟ ਹੈਗੀ ਹੈ ਤਾਂ ਤੁਹਾਨੂੰ ਸਟੂਡੈਂਟ ਵੀਜ਼ਾ ਹੀ ਲਾਉਣਾ ਪੈਣਾਗਾ ਪਰ ਅਗਰ ਤੁਹਾਡਾ ਸਟੂਡੈਂਟ ਵੀਜ਼ਾ ਖਤਮ ਹੋ ਗਿਆ ਤੇ ਤੁਹਾਡੇ ਕੋਲੇ ਹੋਰ ਕੋਈ ਰਾਹ ਹੈ ਨਹੀਂਗਾ ਚਲੋ ਕਿ ਮਤਲਬ ਤੁਸੀਂ 485 ਵੀ ਯੂਜ਼ ਕਰ ਚੁੱਕੇ ਹੋ ਆਪਣੀ ਠੀਕ ਹੈ ਸੋ ਉਸ ਹਾਲਾਤ ਦੇ ਵਿੱਚ ਵੀ ਤੁਸੀਂ ਇਹ ਵੀਜ਼ਾ ਲਾ ਸਕਦੇ ਹੋ ਓਨ ਦਾ ਨੋਟ ਕਿ ਤੁਸੀਂ ਉਹਨਾਂ ਨੂੰ ਇਹ ਕਹਿਣਾ ਕਿ ਮੈਂ ਮੇਰੇ ਕੋਲ ਨਾ ਕੋਈ ਹੋਰ ਸੀ ਹੋਈ ਹੈ ਮੈਨੂੰ ਨਹੀਂ ਲੱਗਦਾ ਕਿਉਂਕਿ ਉਹਦੇ ਵਿੱਚ ਤੁਸੀਂ ਜੀਟੀ ਰਿਕੁਆਇਰਮੈਂਟ ਮੀਟ ਕਰਨੀ ਹੁੰਦੀ ਹੈ ਸਟੂਡੈਂਟ ਵੀਜ਼ਾ ਦੇ ਵਿੱਚ ਕਿ ਤੁਸੀਂ ਜੈਨੂਇਨ ਟੈਂਪੋਰਰੀ ਐਂਟਰੈਂਟ ਹੋ ਤੁਸੀਂ ਜਨਰਲੀ ਸਟੱਡੀ ਕਰਨਾ ਚਾਹੁੰਦੇ ਹੋ ਜਿਹੜੀ ਕਿ ਤੁਸੀਂ ਆਲਰੇਡੀ ਕਰ ਚੁੱਕੇ ਹੋ ਸੋ ਉਸ ਹਾਲਾਤ ਦੇ ਵਿੱਚ ਵੀ ਤੁਸੀਂ ਇਹ ਵੀਜ਼ਾ ਲਾ ਸਕਦੇ ਹੋ ਜੀ ਇੱਕ ਜਿਹੜਾ ਇਹ ਚ ਬੜਾ ਕਾਮਨ ਜਿਹਾ ਕੁਐਸਚਨ ਹੈ ਕਵੈਸ਼ਨ ਵੀ ਆ ਕਨਸਰਨ ਵੀ ਆ ਕਿ ਕਈ ਕਹਿੰਦੇ ਆ ਕਿ ਇਸ ਵੀਜ਼ੇ ਤੋਂ ਬਾਅਦ ਤੁਸੀਂ ਕੋਈ ਹੋਰ ਵੀਜ਼ਾ ਨਹੀਂ ਲੈ ਸਕਦੇ ਇਹ ਹੀ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ ਹੈ ਸਾਰੇ ਮੈਨੂੰ ਲੱਗਦਾ ਏਸੇ ਗੱਲ ਤੋਂ ਹੀ ਡਰਦੇ ਨੇ ਕਿ ਜੇ ਕਿਤੇ ਕੋਵਿਡ ਵੀਜ਼ਾ ਪਾਤਾ ਕਿਤੇ ਬਾਅਦ ਚ ਛੁੱਟੀ ਨਾ ਕੱਟੀ ਜਾਵੇ ਆਸਟ੍ਰੇਲੀਆ ਤੋਂ ਜੀ ਬਿਲਕੁਲ ਦੇਖੋ ਇੱਕ ਕੰਡੀਸ਼ਨ ਹੁੰਦੀ ਆ 8503 ਜਿਹਦਾ ਮਤਲਬ ਇਹ ਹੁੰਦਾ ਨੋ ਫਰਦਰ ਸਟੇ ਮਤਲਬ ਕਿ ਤੁਸੀਂ ਇਹ ਜਿਹੜੀ ਕੰਡੀਸ਼ਨ ਜਿਹੜੇ ਵੀਜ਼ੇ ਤੇ ਲੱਗੀ ਭਾਵੇਂ ਵਿਸਟਰ ਵੀਜ਼ਾ ਭਾਵੇਂ ਆ ਕੋਵਿਡ ਵੀਜ਼ਾ ਕਹਿ ਲੋ ਜੇ ਉਹ ਕੰਡੀਸ਼ਨ ਲੱਗ ਜਾਂਦੀ ਹੈ ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਕੋਈ ਵੀਜ਼ਾ ਨਹੀਂ ਪਾ ਸਕਦੇ ਪਰ ਮੈਂ ਤੁਹਾਨੂੰ ਇੱਕ ਛੋਟੇ ਜਿਹੇ ਐਗਜ਼ਾਮਪਲ ਦਊਂਗਾ ਪਿਛਲੇ ਘਟੋ ਘਟ ਹੁਣ ਤਾਂ 1.5 ਸਾਲ ਦਾ ਸਮਾਂ ਹੋ ਚੱਲਿਆ ਜਦੋਂ ਦਾ ਕੋਵਿਡ ਸਟਾਰਟ ਹੋਇਆ ਹੈ ਡਿਪਾਰਟਮੈਂਟ ਨੇ ਆਪਣੇ ਵੱਲੋਂ ਇਹ ਗੱਲ ਕਹੀ ਹੋਈ ਹੈ ਕਿ ਤੁਸੀਂ ਅਗਰ ਸੇਫਲੀ ਨਹੀਂ ਜਾ ਸਕਦੇ ਤਤ ਤੁਸੀਂ ਇੱਥੇ ਰਹਿ ਕੇ ਕੋਵਿਡ ਵੀਜ਼ਾ ਉਹਨਾਂ ਨੇ ਕੱਢੇ ਇਸ ਕਰਕੇ ਸੀ ਕਿ ਕੋਈ ਤੁਸੀਂ ਕੋਵਿਡ ਵੀਜ਼ਾ ਪਾ ਲੋ ਆਪਣੀ ਜਾਨ ਖਤਰੇ ਦੇ ਵਿੱਚ ਨਾ ਪਾਓ ਉਹਦਾ ਇੱਕ ਕਾਰਨ ਇਹ ਵੀ ਸੀਗਾ ਤੇ 8503 ਕੰਡੀਸ਼ਨਸ ਨਾਲ ਉਹਨਾਂ ਨੇ ਬੜੀਆਂ ਵੇਵ ਕੀਤੀਆਂ ਨੇ ਮਾਫ ਕੀਤੀਆਂ ਨੇ ਕਿ ਉਹ ਹਟਾਈਆਂ ਨੇ ਵੀਜ਼ਾ ਉਸ ਤੋਂ ਸੋ ਮੈਨੂੰ ਨਹੀਂ ਲੱਗਦਾ ਕਿ ਆ ਜਿੰਨਾ ਚਿਰ ਪੈਂਡੈਮਿਕ ਚੱਲ ਰਿਹਾ ਜਿਹੜੇ ਹਾਲਾਤਾਂ ਦੇ ਵਿੱਚ ਆਪਾਂ ਲੰਘ ਰਹੇ ਆਂਗੇ ਇਸ ਹਾਲਾਤ ਦੇ ਵਿੱਚ ਉਹ ਕਿਸੇ ਉਤੇ 8503 ਕੰਡੀਸ਼ਨ ਲਾਉਣਗੇ ਅਗਰ ਖੁਦਾਨਾ ਖਾਸ ਤਾਂ ਇੱਕ ਕੰਡੀਸ਼ਨ ਲੱਗ ਜਾਂਦੀ ਹੈ ਫਿਰ ਡੈਫੀਨੇਟਲੀ ਤੁਸੀਂ ਕੋਈ ਵੀਜ਼ਾ ਨਹੀਂ ਪਾ ਸਕਦੇ ਪਰ ਜੇ ਪਾਉਣ ਤੋਂ ਪਹਿਲਾਂ ਤੁਹਾਨੂੰ ਵੇਵ ਕਰਾਉਣਾ ਪੈਣਾਗਾ ਜਿਹੜੀ ਉਹ ਕੰਡੀਸ਼ਨ ਹੈਗੀ ਬਟ ਅਦਰਵਾਈਜ਼ ਹਾਲੇ ਤੱਕ ਸਾਡੇ ਜਿੱਦਾਂ ਮੈਂ ਤੁਹਾਨੂੰ ਦੱਸ ਗਿਆ ਨਾ ਬਹੁਤ ਵੀਜ਼ੇ ਆ ਚੁੱਕੇ ਨੇ ਕਿਸੇ ਵੀਜ਼ੇ ਤੇ ਕੰਡੀਸ਼ਨ ਕੋਈ ਨਹੀਂ ਲਾਈ ਉਹਨਾਂ ਨੇ ਸੋ ਹਾਲ ਦੀ ਘੜੀ ਦੇ ਵਿੱਚ ਇਦਾਂ ਦਾ ਕੋਈ ਹਸਨਾਰੀਓ ਨਹੀਂ ਹੈਗਾ ਕਿ ਤੁਸੀਂ ਕੋਈ ਹੋਰ ਵੀਜ਼ਾ ਨਹੀਂ ਲਾ ਸਕਦੇ ਭਾਵੇਂ ਕਿ ਉਹ ਸਟੂਡੈਂਟ ਵੀਜ਼ਾ ਹੋਵੇ ਭਾਵੇਂ ਅੱਗੇ ਜਾ ਕੇ ਕੋਈ ਏਮਪਲੋਇਰ ਸਪੌਂਸਰਡ ਵੀਜ਼ਾ ਹੋਵੇ ਭਾਵੇਂ ਉਹ ਵਿਜ਼ਟਰ ਵੀਜ਼ਾ ਹੋਵੇ ਵੀਜ਼ੇ ਤੋਂ ਬਾਅਦ ਇਨਫੈਕਟ ਅਸੀਂ ਇਸ ਵੀਜ਼ੇ ਤੋਂ ਬਾਅਦ ਏਮਪ ਮਤਲਬ ਇੱਕ ਕਹਿ ਸਕਦਾ ਕਿ ਵਧੀਆ ਵਰਦਾਨ ਦੀ ਤਰ੍ਹਾਂ ਕੰਮ ਕਰਦਾ ਕਿਉਂਕਿ ਮੋਸਟਲੀ ਕੀ ਹੁੰਦਾ ਜਦੋਂ ਆਪਾਂ ਆਉਨੇ ਇੱਥੇ ਸਟੂਡੈਂਟ ਵੀਜ਼ਾ ਆਪਣੇ ਕੋਲ ਹੁੰਦਾ ਉਸ ਤੋਂ ਬਾਅਦ ਜਸਟ ਆਪਣੇ ਕੋਲ ਇੱਕ ਟੀਆਰ ਦਾ 2 ਸਾਲ ਦਾ ਟਾਈਮ ਹੁੰਦਾ ਮੋਸਟ ਪੌਬਲੀ ਕਈਆਂ ਨੂੰ 2 ਸਾਲ ਦਾ ਮਿਲਦਾ ਹੁਣ ਅਲੱਗ-ਅਲੱਗ ਮਿਲਦੇ ਨੇ ਵੀਜ਼ਾ ਤੇ ਬਟ ਜੀ ਜੀ ਤੇ ਉਹਦੇ ਚ ਕੀ ਹੁੰਦਾ ਹੈ ਕਿ ਆਪਾਂ ਸੋਚਦੇ ਹਾਂ ਕਿ ਚਲੋ ਜੀ ਇਹਦੇ ਚ ਕੁਝ ਟਾਈਮ ਤਾਂ ਬੰਦਾ ਇਦਾਂ ਹੀ ਸੋਚਦੇ ਕਰਦੇ ਲੰਘਾ ਦਿੰਦਾ ਕਿ ਚਲੋ ਵਧੀਆ ਟੀਆਰ ਮਿਲੀ ਆ ਫੁੱਲ ਟਾਈਮ ਵਰਕ ਰਾਈਟ ਮਿਲੇ ਨੇ ਸਾਡੇ ਵਰਗੇ ਜਿਹੜੇ ਹੁੰਦੇ ਆ ਤੇ ਫਿਰ ਜਦੋਂ ਜਾ ਕੇ ਪੀਆਰ ਦਾ ਸੋਚਦੇ ਆ ਇੰਨੇ ਨੂੰ ਫਿਰ ਇਹ ਕਰੋਨਾ ਦਾ ਕਰਕੇ ਹੁਣ ਸਾਰਾ ਕੁਝ ਬੰਦ ਗਿਆ ਸੀ ਜਿਹੜੇ ਮੇਰੇ ਛੋਟੇ ਭੈਣ ਭਰਾ ਹਸਪੀਟਲਿਟੀ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਵਾਸਤੇ ਮੈਂ ਇੱਕ ਵਧੀਆ ਓਪਰਚ्युनिटी ਦੱਸਦਾ ਅਗਰ ਤੁਹਾਡਾ ਜੋਬ ਰੈਡੀ ਪ੍ਰੋ ਤਾ ਸਰਕਾਰ ਜਿਹੜਾ ਇਹ ਵੀਜ਼ਾ 1 ਸਾਲ ਦਾ ਵਿਦ ਫੁੱਲ ਵਰਕ ਰਾਈਟ ਦੇ ਰਹੀ ਹੈਗੀ ਤਾਂ ਤੁਸੀਂ ਜੋਬ ਰਿਡ ਪ੍ਰੋਗਰਾਮ ਵੀ ਇਸ ਵੀਜ਼ੇ ਦੇ ਨਾਲ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ ਤੁਹਾਨੂੰ ਦੇਖੋ ਇਹ ਚੀਜ਼ਾਂ ਅਨਟੈਸਟਡ ਨੇ ਕਿਸੇ ਨੇ ਟੈਸਟ ਨਹੀਂ ਕੀਤੀਆਂ ਪਰ ਕਿਉਂਕਿ 1 ਸਾਲ ਦਾ ਉਹ ਵੀਜ਼ਾ ਦੇ ਰਹੇ ਨੇ ਫੁੱਲ ਟਾਈਮ ਵਰਕ ਰਾਈਟ ਨੇਗੇ ਤੇ ਟੀਆਰਏ ਵੱਲੋਂ ਇਦਾਂ ਦੀ ਹਾਲ ਦੀ ਘੜੀ ਦੇ ਵਿੱਚ ਕੋਈ ਵੀ ਬੰਦਿਸ਼ ਨਹੀਂ ਹੈਗੀ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਤੁਸੀਂ ਇਸ ਵੀਜ਼ੇ ਦੇ ਉੱਤੇ ਜੋਬ ਰਿਡ ਪ੍ਰੋਗਰਾਮ ਨਹੀਂ ਕਰ ਸਕਦੇ ਸੋ ਅਗਰ ਕਿਸੇ ਵਜ੍ਹਾ ਕਰਕੇ ਤੁਹਾਡੇ ਤੋਂ ਤੁਹਾਡਾ ਜੋਬ ਰਿਡ ਪ੍ਰੋਗਰਾਮ ਖੁੰਝ ਗਿਆ ਸੀ ਤਾਂ ਤੁਸੀਂ ਇਹ ਵੀਜ਼ਾ ਲਾ ਕੇ ਆਪਣਾ ਜੀਆਰਪੀ ਪੂਰਾ ਕਰ ਸਕਦੇ ਹੋ ਦੇ ਬਹੁਤ ਕਹਿ ਸਕਦਾ ਵਧੀਆ oportunity ਆ ਇਹ ਬਿਲਕੁਲ ਹਾਂਜੀ ਹਾਂ ਕਿਉਂਕਿ ਕਈ ਵਾਰ ਆਪਾਂ ਟਾਈਮ ਹੁੰਦਾ ਹੈ ਕਈ ਵਾਰ ਲੰਘ ਜਾਂਦਾ ਜਾਂ ਨਹੀਂ ਸੋਚਦੇ ਕਿ ਕਈ ਵਾਰ employer ਨਹੀਂ ਮਿਲਦਾ ਤੁਹਾਨੂੰ ਕੋਈ job ਨਹੀਂ ਲੱਗਦੀ ਹੈਗੀ ਤਾਂ ਇਹ ਵੀ ਹੋ ਜਾਂਦਾ ਜੀ ਹੁਣ ਕਿਉਂਕਿ ਕਰੋਨਾ ਦੇ ਕਰਕੇ ਪਿੱਛੇ ਜਿਹੜੇ ਕਈ ਜਿਹੜੇ business ਸੀਗੇ ਉਹ ਬੰਦ ਵੀ ਰਹੇ ਨੇ ਤਾਂ ਫਿਰ job ਤਾਂ ਬਹੁਤ ਮੁਸ਼ਕਲ ਰਹੀ ਹੈ ਉਹਨਾਂ ਟਾਈਮਾਂ 'ਚ ਜੀ ਚਲੋ ਸੋ ਜੇਕਰ ਉਹਨਾਂ ਟਾਈਮਾਂ ਦੇ ਵਿੱਚ ਮੁਸ਼ਕਲ ਰਹੀ ਹੈ ਤਾਂ ਅੱਜ ਦੀ ਘੜੀ ਦੇ ਵਿੱਚ ਮਤਲਬ ਸਰਕਾਰ ਨੇ ਇਹਨੂੰ ਕ੍ਰਿਟੀਕਲ ਸੈਕਟਰ ਜੀ ਤਾਂ ਲੈ ਕੇ ਆਏ ਨੇ ਜੀ ਕੌਕੇ ਦੇ ਵਿੱਚ ਜੌਬਸ ਅੱਜ ਦੀ ਘੜੀ ਦੇ ਵਿੱਚ ਜਿਹੜੇ ਹੌਸਪੀਟੈਲਿਟੀ ਸੈਕਟਰ ਦੇ ਵਿੱਚ EMPLOYEES ਨੇ ਜਾਂ BUSINESSES ਨੇ ਸਫਰ ਕਰ ਰਹੇ ਨੇ ਮਨੂਸਕਲ ਦੀ ਸ਼ਾਰਟੇਜ ਆ ਸੋ ਅਗਰ ਤੁਹਾਡੇ ਕੋਲ ਸ਼ੈਫ ਦੀ ਜਾਂ ਕੁੱਕ ਦੀ ਜੋ ਵੀ ਤੁਹਾਡੀ ਹੈਗੀ ਆ ਓਕਿਊਪੇਸ਼ਨਲ ਵਿੱਚ ਜੌਬ ਹੈਗੀ ਆ ਤਾਂ ਤੁਸੀਂ ਜੌਬ ਰੈਡੀ ਪ੍ਰੋਗਰਾਮ ਕਰ ਸਕਦੇ ਹੋ ਰੈਸਟੋਰੈਂਟ ਮੈਨੇਜਰ ਹੈਗੇ ਹੋ ਤੁਸੀਂ ਆਪਣੀ ਸਕਿੱਲ ਅਸੈਸਮੈਂਟ ਕਰਵਾ ਸਕਦੇ ਹੋ 1 ਸਾਲ ਦਾ ਐਕਸਪੀਰੀਅੰਸ ਲੈ ਕੇ ਸੋ ਇਸ ਤਰੀਕੇ ਦੇ ਨਾਲ ਤੁਸੀਂ ਇਸ ਜਿਹੜੇ ਵੀਜ਼ਾ ਨੂੰ ਯੂਟਿਲਾਈਜ਼ ਕਰਕੇ ਆਪਣੀ ਪੀਆਰ ਦਾ ਪਾਥਵੇ ਬਣਾ ਸਕਦੇ ਹੋ ਬੇਸਿਕਲੀ ਤੇ ਜਿਹੜਾ ਸਵਾਲ ਜਿਹੜਾ ਉੱਠਦਾ ਆ ਸਭ ਤੋਂ ਜ਼ਿਆਦਾ ਉਹ ਇਹ ਹੈ ਕਿ ਜਦੋਂ ਆਪਾਂ ਮੰਨ ਲਓ 408 ਵੀਜ਼ਾ ਆਪਾਂ ਲਾ ਲਾਉਨੇ ਆ ਕ੍ਰਿਟੀਕਲ ਸੈਕਟਰ ਦੇ ਵਿੱਚ ਤੇ ਉੱਥੇ ਆਪਾਂ ਨੂੰ ਕੁਝ ਏਮਪਲੋਇਰ ਦਾ ਦੱਸਣਾ ਪੈਂਦਾ ਹੈ ਕਿ ਅਸੀਂ ਇਸ ਬੰਦੇ ਕੋਲ ਕੰਮ ਆਪਣੇ ਏਮਪਲੋਇਰ ਕੋਲ ਕੰਮ ਕਰ ਰਹੇ ਆ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਕੁਝ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਆਪਣੇ ਕਿ ਅਣਸੁਖਾਵੇ ਹਾਲਾਤਾਂ ਕਰਕੇ ਆਪਾਂ ਨੂੰ ਉਹ ਜੋਬ ਆਪਣੀ ਛੁੱਟ ਗਈ ਜਾਂ ਇਦਾਂ ਫਿਰ ਕੋਵਿਡ ਵੀਜ਼ੇ ਚ ਫਿਰ ਉਹਦਾ ਕੋਈ ਫਰਕ ਪੈਂਦਾ ਆ ਆਪਾਂ ਚੇਂਜ ਕਰ ਸਕਦੇ ਹਾਂ ਏਮਪਲਾਇਰ ਜੀ ਪਹਿਲਾਂ ਇੱਕ ਨਾ ਕੰਡੀਸ਼ਨ ਹੁੰਦੀ ਹੈ 8107 ਜਿਦੇ ਵਿੱਚ ਇਹ ਹੁੰਦਾ ਕਿ ਤੁਸੀਂ ਉਸ ਏਮਪਲਾਇਰ ਕੋਲ ਹੀ ਕੰਮ ਕਰਨਾ ਹੁੰਦਾ ਜਾਂ ਕਹ ਲਵੋ ਕਿ ਜਿਹੜੀ ਐਕਟੀਵਿਟੀ ਤੁਸੀਂ ਡਿਪਾਰਟਮੈਂਟ ਨੂੰ ਦੱਸੀ ਹੈ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਇਹ ਐਕਟੀਵਿਟੀ ਕਰਨੀ ਹੈ ਤੁਸੀਂ ਉਹ ਐਕਟੀਵਿਟੀ ਹੀ ਕਰਨੀ ਹੁੰਦੀ ਹੈਗੀ ਮੇਨਲੀ ਇਹ ਕੰਡੀਸ਼ਨ ਪਹਿਲਾਂ ਆਪਾਂ ਜਾਣੂ ਸੀਗੇ 457 ਜਿਹੜੇ ਵੀਜ਼ਾ ਫੋਰ ਇਟ ਟੂ ਵੀਜ਼ਾ ਉਹਦੇ ਵਿੱਚ ਲੱਗਦੀ ਹੁੰਦੀ ਹੈ ਬਟ ਇਹਦੇ ਵਿੱਚ ਵੀ ਉਹ ਮੰਡੀਟਰੀ ਕੰਡੀਸ਼ਨ ਆ ਉਹ ਲੱਗਣੀ ਹੀ ਲੱਗਣੀ ਹੈਗੀ ਸੋ ਪਹਿਲਾਂ ਕੀ ਸੀਗਾ ਕਿ ਕਿਉਂਕਿ ਨਵਾਂ ਸੀਗਾ ਵੀਜ਼ਾ ਕਿਸੇ ਨੂੰ ਨਹੀਂ ਸੀ ਪਤਾ ਤਾਂ ਹਰ ਇੱਕ ਬੰਦਾ ਹੀ ਕਹਿੰਦਾ ਸੀ ਕਿ ਜਿਹੜੀ ਜੌਬ ਤੋਂ ਸੀ ਉਹਨਾਂ ਨੂੰ ਨੋਟੀਫਾਈ ਕਰਤਾ ਹੋਇਆ ਡਿਪਾਰਟਮੈਂਟ ਨੂੰ ਤੁਸੀਂ ਉਹੀ ਕਰ ਸਕਦੇ ਹੋ ਇਹਦੇ ਵਿੱਚ ਕੀ ਹੈ ਕਿ ਜਿਵੇਂ ਉਹ ਜਿਹੜਾ 482 ਜਾਂ 457 ਵੀਜ਼ਾ ਸੀਗਾ ਉਹਦੇ ਵਿੱਚ ਆਪਾਂ ਨਾਮਿਨੇਸ਼ਨ ਚੇਂਜ ਕਰ ਲੈਂਦੇ ਸੀਗੇ ਪਰ ਇਹਦੇ ਵਿੱਚ ਇਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਸੀਗਾ ਕਿਉਂਕਿ ਨਾਮਿਨੇਸ਼ਨ ਦੀ ਆਪਾਂ ਫਾਈਲ ਨਹੀਂ ਲਾਈ ਸਿੰਪਲ ਵੀਜ਼ਾ ਫਾਈਲ ਲਈ ਹੈਗੀ ਬਟ ਇਹਦੇ ਵਿੱਚ ਡਿਪਾਰਟਮੈਂਟ ਨੇ ਬਾਅਦ ਦੇ ਵਿੱਚ ਕਲੈਰੀਫਾਈ ਕੀਤਾ ਹੁਣ ਉਹਨਾਂ ਦੀ ਕੋਰਸਪੋਂਡੈਂਸ ਆਈ ਹੈ ਕਿ ਅਗਰ ਤੁਸੀਂ ਏਮਪਲੋਇਰ ਚੇਂਜ ਕਰਨਾ ਚਾਹੁੰਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਤੁਸੀਂ ਕਰ ਸਕਦੇ ਹੋਗੇ ਬਟ ਕਰਨ ਤੋਂ ਪਹਿਲਾਂ ਤੁਸੀਂ ਜਾਂ ਕਰਨ ਸਮੇਂ ਜਦੋਂ ਤੁਸੀਂ ਕਰਨਾ ਹੈ ਸਾਨੂੰ ਨੋਟੀਫਾਈ ਜਰੂਰ ਕਰੋ ਕਿ ਤੁਸੀਂ এমਪਲੋયર ਆ ਜਿਹੜਾ ਉਹ ਚੇਂਜ ਕਰ ਰਹੇ ਹੋ ਤਾਂ ਕਿ ਡਿਪਾਰਟਮੈਂਟ ਦੇ ਧਿਆਨ ਦੇ ਵਿੱਚ ਉਹ ਗੱਲ ਆ ਜਾਏ ਡਿਪਾਰਟਮੈਂਟ ਦੇ ਰਿਕਾਰਡ ਦੇ ਵਿੱਚ ਕੋਈ ਗੱਲ ਆ ਜਾਏ ਇਸ ਕਰਕੇ ਕਿਉਂਕਿ ਜਿਹੜੀ ਉਹ ਕੰਡੀਸ਼ਨ ਦੀ ਮੈਂ ਤੁਹਾਨੂੰ ਨਾਲ ਗੱਲ ਕਰ ਰਿਹਾ ਉਹ ਤੁਹਾਡੀ ਬਰੀਚ ਨਾ ਹੋਵੇ ਇਸ ਕਰਕੇ ਸਭ ਤੋਂ ਜਿਆਦਾ ਇੰਪੋਰਟੈਂਟ ਜਿਹੜੀ ਚੀਜ਼ ਆ ਹੋਏ ਹੈ ਕਿ ਤੁਸੀਂ ਡਿਪਾਰਟਮੈਂਟ ਨੂੰ ਨੋਟੀਫਾਈ ਕਰਨਾ ਕਿ ਤੁਹਾਡੀ ਜਿਹੜੀ এমਪਲੋਇਮੈਂਟ ਹੈਗੀ ਉਹ ਚੇਂਜ ਹੋ ਚੁੱਕੀ ਹੈਗੀ ਸੋ ਇਹੀ ਹੈ ਬਟ ਐਦਾਂ ਦਾ ਕੋਈ ਬੰਦਿਸ਼ ਨਹੀਂ ਹੈਗੀ ਹੁਣ ਕਿ ਤੁਸੀਂ ਚੇਂਜ ਨਹੀਂ ਕਰ ਸਕਦੇ ਕਰ ਲੋ ਲੇਕਿਨ ਨੋਟੀਫਾਈ ਜ਼ਰੂਰ ਕਰੋ ਡਿਪਾਰਟਮੈਂਟ ਨੂੰ ਪਰ ਮੰਨ ਲਓ ਜੇ ਇੱਕ ਬੰਦਾ ਦੋ ਜਗ੍ਹਾ ਕੰਮ ਕਰ ਰਿਹਾ ਫਿਰ ਉਹਦਾ ਉਹ ਕਿੱਦਾਂ ਕਰ ਸਕਦੇ ਨੇ ਦੇਖੋ ਇਹਦੇ ਵਿੱਚ ਮਲਟੀਪਲ ਜੌਬ ਕਰ ਸਕਦੇ ਆ ਐਦਾਂ ਦਾ ਕੋਈ ਹੈ ਨਹੀਂ ਕਿ ਤੁਸੀਂ ਸਿਰਫ ਇੱਕ ਬੰਦੇ ਕੋਲੇ ਹੀ ਜੌਬ ਕਰਨੀ ਹੈ ਲੇਕਿਨ ਘੱਟੋ ਘੱਟ ਤੁਹਾਡਾ ਜਿਹੜਾ ਇੱਕ ੈਂਪਲੋਇਰ ਆ ਉਹ ਕ੍ਰਿਟੀਕਲ ਸੈਕਟਰ ਦੇ ਵਿੱਚ ਹੋਣਾ ਜ਼ਰੂਰੀ ਹੈ ਤੇ ਅਦਰਵਾਇਜ਼ ਤੁਸੀਂ ਕਿਤੇ ਵੀ ਕਿੰਨਾ ਵੀ ਟਾਈਮ ਕੰਮ ਕਰ ਸਕਦੇ ਹੋਗੇ ਅਗਰ ਤੁਸੀਂ ਉਹੀ ਗੱਲ ਆ ਕਿ ਉਹਦੇ ਵਿੱਚ ਦੌਰਾਨ ਕੋਈ ਚੇਂਜਸ ਤੁਹਾਡੇ ਆਉਂਦੀਆਂ ਨਹੀਂ ਜਾਂ ਸਰਕਮਸਟੈਂਸਸ ਦੇ ਵਿੱਚ ਤੁਹਾਡੀ ੈਂਪਲੋਇਮੈਂਟ ਦੇ ਵਿੱਚ ਸਾਂ ਡਿਪਾਰਟਮੈਂਟ ਨੂੰ ਨੋਟੀਫਿਕੇਸ਼ਨ ਜਾਨੀ ਬਹੁਤ ਜ਼ਰੂਰੀ ਆ ਬਟ ਅਦਰਵਾਈਜ਼ ਤੁਸੀਂ ਮਲਟੀਪਲ ਜੌਬਾਂ ਵੀ ਕਰ ਸਕਦੇ ਹੋਗੇ ਫੋਰ ਐਗਜ਼ਾਮਪਲ ਤੁਸੀਂ ਇੱਕ ਏਮਪਲੋਇਰ ਦਾ ਨਾਮ ਆਪਣੀ ਐਪਲੀਕੇਸ਼ਨ ਦੇ ਵਿੱਚ ਲਿਖਿਆ ਕਿ ਮੈਂ ਕ੍ਰਿਟੀਕਲ ਸੈਕਟਰ ਦੇ ਵਿੱਚ ABC PT ਵਾਲਿਮਿਟਿਡ ਦੇ ਵਿੱਚ ਕੰਮ ਕਰਨਾ ਤੇ ਉਸ ਤੋਂ ਬਾਅਦ ਤੁਸੀਂ ਕੰਮ ਸਟਾਰਟ ਕਰ ਦਿੰਦੇ ਹੋ ਕਿਸੇ ਵਜ੍ਹਾ ਕਰਕੇ ਤੁਹਾਡਾ ਕੰਮ ਉਹ ਨਹੀਂ ਚੱਲਦਾ ਉਹਨਾਂ ਦਾ ਕੰਮ ਕੱਟ ਜਾਂਦਾ ਜਾਂ ਚੇਂਜ ਕਿਸੇ ਕੋਈ ਵੀ ਕਾਰਨ ਹੋ ਸਕਦਾ ਸੋ ਤੁਸੀਂ ਚੇਂਜ ਕਰਕੇ ਦੂਸਰੇ ਏਮਪਲੋਇਰ ਕੋਲ ਇਜ਼ੀ ਜਾ ਸਕਦੇ ਹੋ ਜਾਂ ਉਹਦੇ ਨਾਲ ਕੋਈ ਹੋਰ ਜੌਬ ਵੀ ਕਰ ਸਕਦੇ ਹੋਗੇ ਜਦੋਂ ਹੁਣ ਤੁਸੀਂ ਕਿਹਾ ਕਿ ਜਿਹੜਾ এমਪਲੋయర్ ਹੈ ਤੇ ਉਹ ਉਹ ਜ਼ਰੂਰੀ ਹੈ ਕਿ ਉਹ ਕ੍ਰਿਟੀਕਲੀ ਹੋਣਾ ਚਾਹੀਦਾ ਹੈ ਜੇ ਕ੍ਰਿਟੀਕਲ ਸੈਕਟਰ ਚ ਕੋਈ ਬੰਦਾ ਨਹੀਂ ਕੰਮ ਕਰ ਰਿਹਾ ਫਿਰ ਉਹ ਉਹ ਲਗਾ ਸਕਦਾ ਹੈ ਇਹ ਵੀਜ਼ਾ ਜਿਹੜਾ ਹਾਂਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਇਹ ਵੀਜ਼ਾ ਇੱਕ ਤਾਂ ਕ੍ਰਿਟੀਕਲ ਸੈਕਟਰ ਦੇ ਲਈ ਤਾਂ ਡੈਫੀਨਿਟਲੀ ਹੈਗਾ ਹੀ ਹੈਗਾ ਕੌਂਗਰਸ ਸਰਕਾਰ ਨੂੰ ਵੀ ਇਸ ਟਾਈਮ ਲੋਡ ਹੈ ਆਸਟ੍ਰੇਲੀਆ ਨੂੰ ਲੋਡ ਹੈ ਮਤਲਬ ਸਕਿੱਲ ਦੀ ਸ਼ਾਰਟੇਜ ਹੋਈ ਪਈ ਹੈਗੀ ਇਹ ਸੈਕਟਰ ਦੇ ਵਿੱਚ ਪਰ ਇਸ ਤੋਂ ਇਲਾਵਾ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਹੋਰ ਵੀਜ਼ਾ ਨਹੀਂ ਪਾਉਣਾ ਚਾਹੁੰਦੇ ਜਾਂ ਪਾ ਨਹੀਂ ਸਕਦੇ ਹੈਗੇ ਬੇਸਿਕਲੀ ਅਗਰ ਆਪਾਂ ਲੀਗਲ ਤੌਰ ਤੇ ਗੱਲ ਕਰੀਏ ਤਾਂ ਉਹਦਾ ਇਹ ਹੈ ਕਿ ਤੁਸੀਂ ਹੋਰ ਕੋਈ ਵੀਜ਼ਾ ਪਾ ਨਹੀਂ ਸਕਦੇ ਹੈਗੇ ਤਾਂ ਤੁਸੀਂ ਇਹ ਵੀਜ਼ਾ ਪਾ ਰਹੇ ਹੋ ਬਟ ਹਾਲਾਤ ਇਦਾਂ ਦੇ ਵੀ ਨਹੀਂ ਕਿ ਤੁਸੀਂ ਆ ਮਨ ਉਸ ਨੂੰ ਵੀ ਤਾਂ ਨਹੀਂ ਜਾਣਾ ਚਾਹੁੰਦੇ ਪੜਾਈ ਨਹੀਂ ਕਰਨਾ ਚਾਹੁੰਦੇ ਉਹਦੇ ਚ ਤੁਹਾਡੇ ਪੈਸੇ ਲੱਗਣੇ ਨੇ ਓਬਵੀਅਸ ਜੀ ਗੱਲ ਹੈ ਟਿਊਸ਼ਨ ਫੀਸ ਹੋ ਜਾਂਦੀ ਹੈਗੀ ਤੇ ਹੋਰ ਇਦਾਂ ਦੇ ਲੱਲੇਪੇ ਜਿਹੜੇ ਖਰਚੇ ਨੇ ਉਹ ਕਾਫੀ ਹੋ ਜਾਂਦੇ ਨੇ ਕਿਉਂਕਿ ਆਪਣੀ ਵੀਜ਼ੇ ਦੀ ਫੀਸ ਵੀ ਜਿਆਦਾ ਹੈ ਹੋ ਸਕਦਾ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਉਸ ਤੋਂ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਵੀਜ਼ਾ ਲਾਉਣ ਲਈ ਹਾਂਜੀ ਸੋ ਉਹ ਵੀ ਤੁਹਾਡਾ ਇੱਕ ਕਾਰਨ ਹੋ ਸਕਦਾ ਕਿ ਮੈਂ ਫਾਈਨੈਂਸ਼ਲੀ ਇਸ ਟਾਈਮ ਏਬਲ ਨਹੀਂ ਵੀ ਮੈਂ ਉਹ ਵੀਜ਼ਾ ਲਮਾਇਸ ਕਰਕੇ ਮੈਂ ਕੋਵਿਡ ਵੀਜ਼ਾ ਲਾ ਰਿਹਾ ਤੇ ਮੈਨੂੰ ਲੱਗਦਾ ਵੀ ਮੈਂ ਕਿਉਂਕਿ ਉਹਦੇ ਚ ਇਹ ਹੋ ਗਿਆ ਨਾ ਵੀ ਤੁਸੀਂ ਉਹਦੀ ਫੀਸ ਹੀ ਨਹੀਂ ਭਰ ਸਕਦੇ ਵੀ ਦੀ ਹਾਂਜੀ ਤੇ ਦੂਜਾ ਇਹ ਆ ਵੀ ਤੁਸੀਂ ਉਹਦੀ ਰਿਕੁਆਇਰਮੈਂਟ ਪੂਰੀਆਂ ਨਹੀਂ ਕਰਦੇ ਹੁਣ ਵਿਜ਼ਟਰ ਵੀਜ਼ਾ ਲਾਉਂਗੇ ਤੁਸੀਂ ਫਾਰ ਇਗਜ਼ਾਮਪਲ ਹੁਣ ਤੁਸੀਂ ਵਿਜ਼ਿਟ ਕਰਨ ਵਾਸਤੇ ਤਾਂ ਰਹਿ ਨਹੀਂ ਰਹੇ ਇੱਥੇ ਤੁਸੀਂ ਤਾਂ ਫਸੇ ਹੋਏ ਹੋ ਇੱਥੇ ਤੇ ਤੁਸੀਂ ਵਾਪਸ ਇਸ ਟਾਈਮ ਇਮੀਡੀਏਟਲੀ ਨਹੀਂ ਜਾਣਾ ਚਾਹੁੰਦੇ ਕਿਉਂਕਿ ਸੇਫ ਨਹੀਂ ਹੈਗਾ ਜਾਣਾ ਸੋ ਉਸ ਹਾਲਾਤ ਦੇ ਵਿੱਚ ਵੀ ਤੁਸੀਂ ਵੀਜ਼ਾ ਲਾ ਸਕਦੇ ਹੋ ਉਹਦਾ ਜੋ ਫਰਕ ਇਹ ਹੈ ਕਿ ਜਿਹੜੀ ਡ ਜਦੋਂ ਤੁਹਾਨੂੰ ਵੀਜ਼ਾ ਮਿਲਣਾ ਹੈਗਾ ਉਹ ਡਿਊਰੇਸ਼ਨ ਹੈ ਜਿਹੜੀ ਉਹ ਘਟ ਜਾਣੀ ਹੈ ਜਿਹੜਾ ਕ੍ਰਿਟੀਕਲ ਸੈਕਟਰ ਉਹਦੇ ਵਿੱਚ ਸਰਕਾਰ 1 ਸਾਲ ਦਾ ਵੀਜ਼ਾ ਦੇ ਰਹੀ ਹੈ ਪਰ ਜਿਹੜਾ ਨਾਨ ਕ੍ਰਿਟੀਕਲ ਸੈਕਟਰ ਅਗਰ ਤੁਸੀਂ ਵੈਸੇ ਲਾ ਰਹੇ ਹੋ ਜਿਹੜਾ ਵੀਜ਼ਾ ਜਸਟ ਟੂ ਸਟੇ ਕਿ ਤੁਸੀਂ ਨਹੀਂ ਜਾ ਸਕਦੇ ਸੇਫ ਨਹੀਂ ਹੈਗਾ ਇਸ ਟਾਈਮ ਤਾਂ ਉਸ ਹਾਲਾਤ ਦੇ ਵਿੱਚ 3 ਮਹੀਨੇ ਦਾ ਜਿਹੜਾ ਵੀਜ਼ਾ ਉਹ ਤੁਹਾਨੂੰ ਦਿੰਦੇ ਨੇ ਜੀ ਤੇ ਹੁਣ ਮੰਨ ਲਓ ਤੁਸੀਂ ਵਿਜ਼ਟਰ ਵੀਜ਼ਾ ਦੀ ਗੱਲ ਕੀਤੀ ਸੀਗੀ ਜੇ ਕਿਸੇ ਕੋਲ ਸਾਡੇ ਕੋਈ ਨੌਨ ਸੀਗੇ ਉਹਨਾਂ ਦੇ ਕੋਲੇ ਵਿਜ਼ਟਰ ਵੀਜ਼ਾ ਸਿਗਾ ਬਟ ਉਹਨਾਂ ਕ੍ਰਿਟੀਕਲ ਸੈਕਟਰ ਆ ਜਿਹੜਾ ਜੇ ਉਹਦੇ ਚ ਉਹ ਕੰਮ ਕਰਦੇ ਕਿਉਂਕਿ ਮੋਸਟਲੀ ਕੀ ਹੁੰਦਾ ਜਿਹੜੇ ਵਿਜ਼ਟਰ ਵੀਜ਼ਾ ਤੇ ਆਉਂਦੇ ਉਹਨਾਂ ਕੋਲੇ ਕੰਮ ਦੇ ਕੋਈ ਹੁੰਦਾ ਨਹੀਂ ਹੈ ਕਿ ਉਹ ਕੰਮ ਨਹੀਂ ਕਰ ਸਕਦੇ ਇੱਥੇ ਤੇ ਜੇ ਮੰਨ ਲਓ ਫਿਰ ਉਹ ਕ੍ਰਿਟੀਕਲ ਸੈਕਟਰ ਚ ਕੰਮ ਕਰਨਾ ਚਾਹੁੰਦੇ ਨੇ ਫਿਰ ਉਹਨਾਂ ਦਾ ਵੀਜ਼ਾ ਲੱਗ ਸਕਦਾ ਹੈ ਬਿਲਕੁਲ ਆਪਣਾ ਇਹਦੇ ਚ ਪ੍ਰੋਵੀਜ਼ਨ ਬਿਲਕੁਲ ਹੈਗੀ ਆ ਫਾਰ ਐਗਜ਼ਾਮਪਲ ਤੁਹਾਡੇ ਪੇਰੈਂਟਸ ਆਉਂਦੇ ਨੇ ਜਾਂ ਤੁਹਾਡੇ ਕੋਈ ਭੈਣ ਭਰਾ ਇੱਥੇ ਆਏ ਹੋਏ ਨੇ ਤੇ ਉਹਨਾਂ ਦਾ ਵਿਜ਼ਟਰ ਵੀਜ਼ਾ ਖਤਮ ਹੋ ਰਿਹਾ ਹੈ ਤੁਸੀਂ ਇੱਕ ਜਿਹੜੇ ਮੰਨ ਲਓ ਉਹਨਾਂ ਕੋਲ ਜੌਬ ਆਫਰ ਹੋ ਸਕਦੀ ਹੈ ਪੋਸਿਬਲੀ ਪੋਟੈਂਸ਼ੀਲੀ ਕਿਸੇ ਫਾਰਮ ਦੇ ਵਿੱਚ ਮੰਨ ਲਓ ਉਹਨਾਂ ਨੂੰ ਕੰਮ ਮਿਲਦਾ ਤਾਂ ਤੁਸੀਂ ਉਹਦੀ ਇੱਕ ਆਫਰ ਲੈਟਰ ਲੈ ਕੇ ਜਾ ਕੇ ਇੱਕ ਲੈਟਰ ਲਿਖਵਾ ਕੇ ਉਸ EMPLOER ਤੋਂ ਕਿ ਅਸੀਂ ਇਹਨਾਂ ਨੂੰ ਜਦੋਂ ਇਹਨਾਂ ਕੋਲ ਵਰਕ ਰਾਈਟ ਆਗੇ ਤਾਂ ਇਹਨਾਂ ਨੂੰ ਜੌਬ ਦਵਾਂਗੇ ਤਾਂ ਉਸ ਬੇਸਿਸ ਦੇ ਉੱਤੇ ਤੁਸੀਂ ਇਹ ਵੀਜ਼ਾ 408 ਲਾ ਸਕਦੇ ਹੋ ਤੇ ਤੁਹਾਨੂੰ ਇਹ ਵੀਜ਼ਾ 1 ਸਾਲ ਦਾ ਮਿਲੂਗਾ ਤੇ ਵਿਦ ਵਰਕ ਰਾਈਟਸ ਉਸ EMPLOER ਕੋਲ ਤੁਸੀਂ ਕੰਮ ਕਰ ਸਕਦੇ ਹੋ ਲੇਟਰ ਆਨ ਚੇਂਜ ਵੀ ਕਰ ਸਕਦੇ ਹੋ ਜਿੱਦਾਂ ਕਿ ਆਪਾਂ ਪੁਰਾਣੇ ਸੈਕਸ਼ਨ ਦੇ ਵਿੱਚ ਆਪਾਂ ਡਿਸਕਸ ਕਰਕੇ ਗਿਆ ਸੋ ਉਹ ਵੀ ਪੋਸਿਬਿਲਟੀ ਹੈਗੀ ਆ ਲੇਕਿਨ ਤੁਹਾਡੇ ਕੁਐਸਚਨ ਦਾ ਮੈਂ ਆਨਸਰ ਕਰ ਇਹ ਹੈ ਕਿ ਬਿਲਕੁਲ ਅਗਰ ਤੁਹਾਡੇ ਕੋਲ ਜੌਬ ਆਫਰ ਹੈਗੀ ਆ ਕਿ ਤੁਹਾਨੂੰ ਕੋਈ ਵੀ ਏਮਪਲੋਇਰ ਕ੍ਰਿਟੀਕਲ ਸੈਕਟਰ ਦੇ ਵਿੱਚ ਕੰਮ ਦੇਣਾ ਚਾਹੁੰਦਾ ਤਾਂ ਤੁਸੀਂ ਉਹ ਲੈਟਰ ਨਾਲ ਲਾ ਕੇ ਵੀ ਇਹ ਵੀਜ਼ਾ ਲਾ ਸਕਦੇ ਹੋ ਜੀ ਤੇ ਇੱਕ ਇੱਕ ਸਵਾਲ ਜਿਹੜਾ ਹੋਰ ਪੈਦਾ ਹੁੰਦਾ ਹੈ ਜਿੱਦਾਂ ਆਪਾਂ ਗੱਲ ਕੀਤੀ ਸੀਗੀ ਕਿ এমਪਲੋਇਰ ਆਪਾਂ ਆਪਣੇ ਕੋਵਿਡ ਵੀਜ਼ੇ ਦੇ ਦੌਰਾਨ ਚੇਂਜ ਕਰ ਸਕਦੇ ਆ ਤੇ ਫਿਰ ਉਹ ਆਪਾਂ ਜੇ ਚੇਂਜ ਕਰ ਲਿਆ ਤਾਂ ਆਪਾਂ ਨੂੰ ਕੁਝ ਦੱਸਣਾ ਵੀ ਪੈਂਦਾ ਹੈ ਡਿਪਾਰਟਮੈਂਟ ਨੂੰ ਜੀ ਉਹ ਇੱਕ ਫਾਰਮ ਹੁੰਦਾ ਫਾਰਮ ਭਰ ਕੇ ਭੇਜਣਾ ਪੈਂਦਾ ਉਹਨਾਂ ਨੂੰ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਨੋਟੀਫਾਈ ਕਰਨਾ ਹੁੰਦਾ ਤੁਸੀਂ ਜੀ ਕੋਈ ਵੀ ਤੇ ਉਹਦੇ ਵਿੱਚ ਇਹ ਵੀ ਤੁਸੀਂ ਕਨਫਰਮੇਸ਼ਨ ਦੇ ਵੇਟ ਨਹੀਂ ਕਰਨੀ ਤੁਸੀਂ ਉਹਨਾਂ ਨੂੰ ਨੋਟੀਫਾਈ ਕਰਤਾ ਤੁਹਾਨੂੰ ਇੱਕ ਆਟੋ ਜਨਰੇਟਡ ਈਮੇਲ ਆ ਜਾਂਦੀ ਹੈ ਉਹ ਸਫੀਸ਼ੀਐਂਟ ਹੁੰਦੀ ਹੈ ਇਸ ਚੀਜ਼ ਦੀ ਕਹ ਲਓ ਕਿ ਪ੍ਰਵਾਨਗੀ ਲਈ ਕਿ ਤੁਹਾਡੀ ਜਿਹੜੀ ਨੋਟੀਫਿਕੇਸ਼ਨ ਸਾਨੂੰ ਮਿਲ ਗਈ ਹੈ ਐਂਡ ਯੂ ਆਰ ਗੁੱਡ ਟੂ ਗੋ ਬੇਸਿਕਲੀ ਜੀ ਤੇ ਇੱਕ ਜਿਹੜਾ ਜਿਹੜੇ ਸਾਡੇ ਭੈਣ ਭਰਾ ਹੈਗੇ ਨੇ ਬ੍ਰਿਜਿੰਗ ਵੀਜ਼ਾਸ ਤੇ ਉਹ ਇਹ ਵੀਜ਼ਾ ਲਾ ਸਕਦੇ ਨੇ ਕੋਵਿਡ ਵੀਜ਼ਾ ਜਿਹੜਾ ਆਪਾਂ ਗੱਲ ਕਰਦੇ ਆ ਬ੍ਰਿਜਿੰਗ ਵੀਜ਼ਾ ਡਿਪੈਂਡ ਕਰਦਾ ਬ੍ਰਿਜਿੰਗ ਵੀਜ਼ਾ ਉਹਨਾਂ ਨੂੰ ਕਦੋਂ ਮਿਲਿਆ ਜੀ ਏ ਵੀਜ਼ਾ ਆਪਾਂ ਜਦੋਂ ਆਪਣਾ ਕੋਈ ਵੀਜ਼ਾ ਖਤਮ ਹੋ ਗਿਆ ਤੇ ਮੰਨ ਲਓ ਤੁਸੀਂ ਕੋਈ ਹੋਰ ਵੀਜ਼ਾ ਲਾਤਾ ਜਾਂ ਇਨ ਫੈਕਟ ਕਿ ਤੁਸੀਂ ਵੀਜ਼ਾ ਲਾਉਣਾ ਵੀ ਭੁੱਲ ਗਏ ਵਿਦਰਨ 28 ਡੇਸ ਤੁਹਾਡਾ ਲਾਸਟ ਜਿਹੜਾ ਵੀਜ਼ਾ ਤੁਸੀਂ ਕੋਈ ਵੀ ਹੈਲਡ ਕੀਤਾ ਸੀ ਭਾਵੇਂ ਉਹ ਸਟੂਡੈਂਟ ਵੀਜ਼ਾ ਸੀ ਵਿਜ਼ਟਰ ਵੀਜ਼ਾ ਸੀ ਕੋਈ ਵੀ ਵੀਜ਼ਾ ਸੀਗਾ ਆਪਾਂ ਕਹਿ ਲਓ ਉਸ ਵੀਜ਼ੇ ਦੀ ਐਕਸਪਾਇਰੀ ਤੋਂ ਵਿਦਰਨ 28 ਡੇਸ ਤੁਸੀਂ ਇਹ ਵੀਜ਼ਾ ਲਾ ਸਕਦੇ ਹੋ ਉਸ ਤੋਂ ਬਾਅਦ ਅਗਰ ਤੁਹਾਡਾ 29ਵਾਂ ਦਿਨ ਚੜ ਗਿਆ ਤਾਂ ਇਹ ਵੀਜ਼ੇ ਦੀ ਜਿਹੜੀ ਹੈ ਉਹ অপਸ਼ਨ ਆ ਤੁਹਾਡੇ ਵਾਸਤੇ ਖਤਮ ਹੋ ਜਾਣੀ ਆ ਤੁਸੀਂ ਇਹ ਵੀ ਤਾਂ ਨਹੀਂ ਲਾ ਸਕਦੇ ਫਿਰ ਤੁਹਾਨੂੰ ਕੋਈ ਹੋਰ ਆਲਟਰਨੇਟ ਦੇਖਣਾ ਪੈਣਾ ਹੈ ਕਿ ਤੁਸੀਂ ਕੀ ਕਰਨਾ ਇੱਥੇ ਤੇ ਕੀ ਕਰ ਸਕਦੇ ਹੋ ਬੇਸਿਕਲੀ ਜੀ ਤੇ ਗੱਲਾਂ ਬਾਤਾਂ ਕਰਦੇ ਕਰਦੇ ਪਤਾ ਨਹੀਂ ਚੱਲਦਾ ਸਮਾਂ ਐਦਾਂ ਨਿਕਲ ਜਾਂਦਾ ਹੈ ਤੇ ਜਾਣ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਨਾਲ ਜੇ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋਈਏ ਆ ਬੇਸਿਕਲੀ 408 ਦਾ ਹੀ ਸੀਗਾ ਕਿਉਂਕਿ ਇਹਦੇ ਕਾਫੀ ਕੁਐਸਚਨ ਵੀ ਆਉਂਦੇ ਸੀ ਤੇ ਸਾਨੂੰ ਵੀ ਇਹ ਕੁਐਸਚਨ ਪੁੱਛਿਆ ਜਾਂਦਾ ਕਿ ਅਸੀਂ ਜੌਬ ਵਗੈਰਾ ਚੇਂਜ ਕਰ ਸਕਦੇ ਹਾਂ ਆਪਾਂ ਸਾਰੀ ਗੱਲ ਡਿਟੇਲ ਦੇ ਵਿੱਚ ਉਹ ਕਰ ਲਈ ਹੈਗੀ ਆ ਇਸ ਤੋਂ ਇਲਾਵਾ ਤਾਂ ਬਾਕੀ ਜੇ ਕੋਈ ਕੁਐਸਚਨ ਹੋਊਗਾ ਤਾਂ ਆਪਾਂ ਨੂੰ ਉਹ ਪੁੱਛ ਸਕਦੇ ਆਗੇ ਤੇ ਆਪਣਾ ਨੰਬਰ ਵੀ ਉਹਦੇ ਤਿਆਰ ਹੈ ਸਕਰੀਨ ਦੇ ਉੱਤੇ ਤਾਂ ਆਪਾਂ ਉਹਨਾਂ ਦਾ ਆਨਸਰ ਕਰ ਸਕਦੇ ਹਾਂ ਬਿਲਕੁਲ ਜੀ ਤੇ ਇੱਕ ਕੋਈ ਅ ਅਕੂਪੇਸ਼ਨ ਜਿਹੜੀ ਲਿਸਟ ਕੋਈ ਲਿਸਟ ਅਪਡੇਟ ਹੋਈ ਹੈ ਹੁਣ ਰੀਸੈਂਟ ਸੁਣਨ ਚਾ ਰਿਆਂ ਹਾਂਜੀ ਬਿਲਕੁਲ ਉਹ ਇੱਕ ਨਾ ਪ੍ਰਾਇਓਰਟੀ ਜਿਹੜੀ ਮਾਈਗ੍ਰੇਸ਼ਨ ਲਿਸਟ ਹੈਗੀ ਉਹਦੇ ਵਿੱਚ ਕੁਝ ਓਕਿਪੇਸ਼ਨਸ ਐਡ ਕੀਤੀਆਂ ਨੇ ਜਿਹੜੀਆਂ ਫਾਰਮਾਸਿਸਟ ਨਾਲ ਸੰਬੰਧਿਤ ਨੇ ਦੋ ਤਿੰਨ ਤਰ੍ਹਾਂ ਦੇ ਆਪਣੇ ਫਾਰਮਾਸਿਸਟ ਹੁੰਦੇ ਨੇ ਜਿਹੜੇ ਡਿਟੇਲ ਫਾਰਮਾਸਿਸਟ ਹੁੰਦੇ ਨੇ ਜਾਂ ਹਸਪੀਟਲ ਫਾਰਮਾਸਿਸਟ ਹੁੰਦੇ ਨੇ ਸੋ ਉਹ ਤਿੰਨ ਤਰ੍ਹਾਂ ਦੇ ਫਾਰਮਾਸਿਸਟ ਜਿਹੜੇ ਸੀਗੇ ਉਹ ਉਸ ਓਕਿਪੇਸ਼ਨ ਲਿਸਟ ਦੇ ਵਿੱਚ ਐਡ ਕੀਤੇ ਨੇ ਜਿਨ੍ਹਾਂ ਦੀ ਇਸ ਟਾਈਮ ਮਤਲਬ ਸ਼ਾਰਟੇਜ ਹੈਗੀ ਤੇ ਅਗਰ ਕੋਈ ੈਂਪਲੋਇਰ ਆਪਣੇ ਜਿਹੜੇ ਐਜ਼ ਅ ੈਂਪਲੋਈ ਕਿਸੇ ਨੂੰ ਬੁਲਾਉਣਾ ਚਾਹੁੰਦਾ ਉਸ অকਪੇਸ਼ਨਸ ਦੇ ਵਿੱਚ ਤਾਂ ਉਹ ਉਹਨਾਂ ਨੂੰ ਬੁਲਾ ਸਕਦੇ ਐ ਸੋ 올 ਇਸਟਡੀ ਉਹ ਅਪਡੇਟ ਕੀਤੀ ਹੈ ਡਿਪਾਰਟਮੈਂਟ ਨੇ ਜੀ ਜੀ ਜਾਣ ਤੋਂ ਪਹਿਲਾਂ ਆਪਾਂ ਦਰਸ਼ਕਾਂ ਦੇ ਕੁਝ ਸਵਾਲ ਨੇ ਉਹ ਵੀ ਲੈ ਲੈਣੇ ਆ ਹਰੀ ਸਿੱਧੂ ਜੀ ਸਵਾਲ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਸਰ ਐਂਡ ਮੈਮ ਸਰ ਜੋ Ẅ ਏ ਚ ਜੌਬ ਕੰਟਰੈਕਟ ਦਾ ਕ੍ਰਾਈਟੇਰੀਆ ਉਸ ਚ ਕੰਪਨੀ ਦਾ ਕੀ ਕੁਝ ਹੋਣਾ ਜ਼ਰੂਰੀ ਹੈ ਐਂਡ ਆਫਟਰ ਨੋਮੀਨੇਸ਼ਨ ਕੰਮ ਸਟਾਰਟ ਕਰਨਾ ਜ਼ਰੂਰੀ ਹੁੰਦਾ ਹੈ ਥੈਂਕਸ ਸਤਿ ਸ਼੍ਰੀ ਅਕਾਲ ਹਰੀ ਜੀ ਸਤਿ ਸ਼੍ਰੀ ਅਕਾਲ ਜੀ ਅਮ ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਡਿਪੈਂਡ ਕਰਦਾ ਕਿ ਹੁਣ ਇਹ ਜਿਹੜਾ ਕੁਐਸਚਨ ਮਤਲਬ ਇਹ ਕੁਐਸਚਨ ਹੈ ਕਿ ਉਸ ਕੰਪਨੀ ਦਾ ਕੀ ਹੋਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਕੰਪਨੀ ਹੋਣੀ ਜ਼ਰੂਰੀ ਹੈਗੀ ਠੀਕ ਹੈ ਕੰਪਨੀ ਦੇ ਵਿੱਚ ਕੰਮ ਹੋਣਾ ਜ਼ਰੂਰੀ ਹੈਗਾ ਤੇ ਨੇਚਰ ਆਫ ਦਾ ਬਿਜ਼ਨਸ ਹੈ ਜਿਹੜੀ ਉਹ ਤੁਹਾਡੇ ਕੰਮ ਦੇ ਨਾਲ ਰੈਲੇਵੈਂਟ ਹੋਣੀ ਜ਼ਰੂਰੀ ਆ ਫਰਜ਼ ਕਰੋ ਕਿ ਤੁਸੀਂ ਆ ਆਪਾਂ ਗੱਲ ਕਰਦੇ ਆ ਆਈਟੀ ਦੀ ਗੱਲ ਕਰਦੇ ਆ ਅਗਰ ਤੁਹਾਡੇ ਕੋਈ ਆਈਟੀ ਦੀ ਓਕਿਊਪੇਸ਼ਨ ਹੈਗੀ ਤਾਂ ਇਹ ਚੀਜ਼ ਜ਼ਰੂਰੀ ਹੈ ਕਿ ਉਹ ਕੰਪਨੀ ਦੇ ਵਿੱਚ ਕੋਈ ਆਈਟੀ ਦਾ ਕੰਮ ਉਸ ਓਕਿਪੇਸ਼ਨ ਦਾ ਜਿਹੜੀ ਤੁਸੀਂ ਜਿਹੜੀ ਤੁਹਾਡੀ ਓਕਿਪੇਸ਼ਨ ਹੈ ਜੀ ਉਹਦਾ ਕੰਮ ਹੋਣਾ ਜ਼ਰੂਰੀ ਹੈ ਹਨ ਇਸ ਤੋਂ ਇਲਾਵਾ ਜਿਹੜੀ ਗੱਲ ਤੁਸੀਂ ਦੂਸਰੀ ਕੁਐਸਚਨ ਕਿਹਾਗਾ ਕਿ ਉੱਥੇ ਕੰਮ ਕਰਨਾ ਜ਼ਰੂਰੀ ਹੈ ਕਿ ਨਹੀਂ ਡੈਫੀਨਿਟਲੀ ਜ਼ਰੂਰੀ ਹੈ ਜੀ ਤੇ ਇਸ ਚੀਜ਼ ਦੀ ਕੰਪਲਾਈਂਸ ਵੀ ਚੈੱਕ ਹੋ ਰਹੀ ਹੈ ਡਿਪਾਰਟਮੈਂਟ ਵੱਲੋਂ ਕਿ ਤੁਸੀਂ ਜੋ ਤੁਸੀਂ ਆਪਣੇ ਸਟੇਟ ਨੂੰ ਦਿਖਾ ਕੇ ਆਪਣਾ ਇਹ ਨਾਮੀਨੇਸ਼ਨ ਲਈ ਸੀਗੀ ਕਿ ਤੁਸੀਂ ਉਹ ਕਰ ਵੀ ਰਹੇ ਹੋ ਕਿ ਨਹੀਂ ਕਰ ਰਹੇ ਇਸ ਚੀਜ਼ ਦੀ ਕੰਪਲਾਈਂਸ ਵੀ ਡਿਪਾਰਟਮੈਂਟ ਚੈੱਕ ਕਰ ਰਿਹਾ ਹੈ ਤੇ ਇਸ ਸੂਰਤ ਦੇ ਵਿੱਚ ਕਿ ਅਗਰ ਕੋਈ ਕੰਮ ਨਹੀਂ ਕਰ ਰਿਹਾ ਤੇ ਉਹਨਾਂ ਕੋਲ ਕੋਈ ਐਵੀਡੈਂਸ ਦਿੱੰਦਾ ਨਾ ਹੱਥ ਲੱਗ ਜਾਂਦਾ ਡਿਪਾਰਟਮੈਂਟ ਦੇ ਤਾਂ ਡਿਪਾਰਟਮੈਂਟ ਜਿਹੜੀ ਤੁਹਾਡੀ ਫਾਈਲ ਅੱਗੇ ਜਾ ਕੇ ਮਤਲਬ ਉਹਨੂੰ ਰਿਫਿਊਜ਼ ਵੀ ਕਰ ਸਕਦੇ ਆ ਔਨ ਦਾ ਬੇਸਿਸ ਕਿ ਤੁਸੀਂ ਉਹ ਜਿਹੜੀ ਜੌਬ ਦਿਖਾਈ ਸੀ ਉਹ ਕੰਮ ਨਹੀਂ ਕਰ ਰਹੇਗੇ ਜੀ ਤੇ ਹੁਣ ਜਿਹੜਾ ਅਗਲਾ ਸਵਾਲ ਆਪਣਾ ਹੈਗਾ ਉਹ ਪਰਮਜੀਤ ਸਿੱਧੂ ਜੀ ਉਹਨਾਂ ਦਾ ਹੈਗਾ ਸਤਿ ਸ੍ਰੀ ਅਕਾਲ ਭਾਜੀ ਪਲੀਜ਼ ਆਫਸਰ ਵਰਕਰਸ ਲਈ ਕੋਈ ਸਟੇਟ ਓਪਨ ਓਪਨ ਆ ਹੁਣ ਫਾਰ ਫੂਡ ਸੈਕਟਰ ਵਰਕ ਲਈ ਅਦਰਵਾਈਜ਼ ਕਦੋਂ ਤੱਕ ਓਪਨ ਹੋ ਸਕਦੀ ਹੈ ਆਫਸ਼ੋਰ ਵਰਕ ਆਫਸ਼ੋਰ ਵਾਸਤੇ ਫਿਲਹਾਲ ਸਾਊਥ ਆਸਟ੍ਰੇਲੀਆ ਓਪਨ ਹੈ ਜੀ ਬਟ ਉਹ ਮੋਸਟਲੀ ਟ੍ਰੇਡਸ ਨੇ ਜਿਹੜੀਆਂ ਜਿਦਾਂ ਕਿ ਪੇਂਟਿੰਗ ਟ੍ਰੇਡ ਵਰਕਰ ਹੋਗੇ ਬ੍ਰਿਕਲੇਅਰਸ ਹੋਗੇ ਵਾਲ ਐਂਡ ਫਲੋਰ ਟਾਈਲਰਸ ਹੋਗੇ ਇਲੈਕਟ੍ਰੀਸ਼ੀਅਨ ਹੋਗੇ ਐਦਾਂ ਦੀਆਂ ਜਿਹੜੀਆਂ ਓਕਿਊਪੇਸ਼ਨ ਟ੍ਰੇਡਸ ਵਾਲੀਆਂ ਨੇਗੀਆਂ ਉਹਨਾਂ ਲਈ ਹੀ ਓਪਨ ਨੇ ਬਟ ਲਾਸਟ ਈਅਰ ਕੀ ਹੋਇਆ ਸੀਗਾ ਕਿ ਨਾਰਥਰਨ ਟੈਰੀਟਰੀ ਨੇ ਵੀ ਕੁਝ ਓਕਿਊਪੇਸ਼ਨ ਜਿਦਾਂ ਜਿਹਦੇ ਵਿੱਚ ਮਕੈਨਿਕਲ ਇੰਜੀਨੀਅਰਸ ਹੋਗੇ ਸੋ ਐਦਾਂ ਦੀਆਂ ਕੁਝ ਓਕਿਊਪੇਸ਼ਨਸ ਦੇ ਵਿੱਚ ਉਹਨਾਂ ਨੇ ਇਨਵਾਈਟ ਕੀਤਾ ਸੀਗਾ ਲੇਕਿਨ ਅ ਇਸ ਹਾਲੇ ਥੋੜਾ ਜਾਇ ਇਸ ਕਮ ਮੈਨੂੰ ਲੱਗਦਾ ਕਿ ਟਾਈਟੇਰ ਹੋਊਗਾ ਕਿਉਂਕਿ ਜਿਹੜਾ ਸਰਕਾਰ ਦਾ ਫੋਕਸ ਹੈ ਉਹ ਮੇਨਲੀ ਔਨਸ਼ੋਰ ਹੀ ਹੈਗਾ ਆਫਸ਼ੋਰ ਸਿਰਫ ਉਸ ਹਾਲਾਤਾਂ ਦੇ ਵਿੱਚ ਇਨਵਾਈਟ ਕਰਨਗੇ ਜਿਹੜੀਆਂ ਆਕੂਪੇਸ਼ਨਸ ਬਹੁਤ ਹੀ ਜ਼ਿਆਦਾ ਸਕਿੱਲ ਸ਼ੋਰਟੇਜ ਦੇ ਵਿੱਚ ਨੇ ਆਦਰਵਾਇਜ਼ ਮੋਸਟਲੀ ਔਨਸ਼ੋਰ ਜਿਹੜੇ ਬੱਚੇ ਇੱਥੇ ਨੇ ਉਹਨਾਂ ਨੂੰ ਹੀ ਇਨਵਾਈਟ ਕਰਨਾ ਹੈ ਉਹਨਾਂ ਨੇ ਜੀ ਤੇ ਸਭ ਤੋਂ ਜ਼ਿਆਦਾ ਜਿਹੜੀ ਆਪਾਂ ਬਹੁਤ ਜ਼ਿਆਦਾ ਟਾਈਮ ਤੋਂ ਵੇਟ ਕਰ ਰਹੇ ਹਾਂ ਕਿ ਕੁਵਿੰਸਲੈਂਡ ਦੇ ਬਾਰੇ ਵਿੱਚ ਕੁਝ ਅਪਡੇਟ ਕੁਇਨਜ਼ਲੈਂਡ ਬਹੁਤ ਐਕਸਾਈਟਿੰਗ ਕੁਇਨਜ਼ਲੈਂਡ ਵਾਲੇ ਦਰਸ਼ਕਾਂ ਦਾ ਇਹ ਸਵਾਲ ਹੁੰਦਾ ਹ ਹਰ ਵਾਰੀ ਇਹਨਾਂ ਪ੍ਰੋਗਰਾਮ ਸੇ ਕੁਇਨਜ਼ਲੈਂਡ ਬਹੁਤ ਜਲਦੀ ਐਕਸਾਈਟਿੰਗ ਨਿਊਜ਼ ਦਿਖਾ ਦੇ ਰਹੇ ਨੇ ਬਟ ਕੁਝ ਵਧੀਆ ਵਧੀਆ ਜਾਂ ਕਹਾਂ ਲੋ ਵੱਡੀਆਂ ਚੇਂਜਸ ਲੈ ਕੇ ਆ ਰਹੇ ਨੇ ਵਧੀਆ ਦਾ ਘਟੀਆ ਦਾ ਤਾਂ ਮੈਂ ਹਾਲੇ ਕੈਲੋਕ ਮੁਲਾਂਕਣ ਨਹੀਂ ਕਰ ਸਕਦੇ ਉਹਦਾ ਕਾਰਨ ਇਹ ਹੈ ਕਿ ਕਿਸੇ ਲਈ ਉਹ ਵਧੀਆਂ ਹੋਣਗੀਆਂ ਕਿਸੇ ਲਈ ਘਟੀਆਂ ਹੋਣਗੀਆਂ ਪਰ ਜਿੱਦਾਂ ਕਿ ਐਸਬੀਓ ਜਾਂ ਹੋਰ ਕਾਫੀ ਉਹਦੇ ਵਿੱਚ ਚੇਂजेस ਲੈ ਕੇ ਆ ਰਹੇ ਨੇਗੇ ਨਵੀਂ ਵੈਬਸਾਈਟ ਆ ਰਹੀ ਹੈ ਉਹਨਾਂ ਦੀ ਤੇ ਨਵੀਆਂ ਹੀ ਨਵੇਂ ਕ੍ਰਾਈਟੇਰੀਆ ਲੈ ਕੇ ਆ ਰਹੇ ਨੇਗੇ ਸੋ ਜਲਦੀ ਤੁਹਾਡੇ ਨਾਲ ਸਾਂਝਾ ਕਰਾਂਗੇ ਜਦੋਂ ਹੀ ਆਉਂਦੇ ਨੇ ਹੌਪਫੁਲੀ ਨੈਕਸਟ ਵੀਕ ਜਦੋਂ ਵੀ ਆਉਂਦਾ ਤਾਂ ਤੁਹਾਡੇ ਨਾਲ ਉਹ ਸਾਰੀਆਂ ਜਿਹੜੀਆਂ ਅਪਡੇਟਸ ਨੂੰ ਆਪਾਂ ਸਾਂਝੀਆਂ ਕਰਾਂਗੇ ਜੀ ਤੇ ਫਿਰ ਹੁਣ ਚਲਿਆ ਆਪਾ ਜੀ ਬਿਲਕੁਲ ਅ ਦਰਸ਼ਕੋ ਜਿੱਦਾਂ ਕਿ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਜਿਹੜੀ ਇਹ ਆਪਾਂ ਜਾਣਕਾਰੀ ਸਾਂਝੀ ਕਰਦੇ ਆ ਮੰਦੀ ਉਹਨਾਂ ਨੇ ਦੱਸਿਆ ਸੀ ਕਿ ਹੋ ਸਕਦਾ ਹੈ ਕਿ ਤੁਹਾਡਾ ਕੇਸ ਕੁਝ ਹੋਰ ਹੋਵੇ ਤੇ ਆਪਾਂ ਇਹ ਜਿਹੜੀ ਜਰਨਲ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਹਿੰਦੇ ਆ ਕਿ ਕਈ ਵਾਰੀ ਇੱਕ ਆਪਾਂ ਉਹੀ ਇੱਕ ਦਵਾਈ ਬੰਦੇ ਨੂੰ ਸੇਮ ਨੂੰ ਨਹੀਂ ਦੇ ਸਕਦੇ ਕਿ ਜੀ ਚਲੋ ਮੈਨੂੰ ਖੰਗ ਲੱਗੀ ਤੁਹਾਨੂੰ ਖੰਗ ਲੱਗੀ ਤੁਸੀਂ ਉਹ ਵੀ ਜਿਹੜੀ ਡਾਕਟਰ ਨੇ ਮੈ ਦਵਾਈ ਲਈ ਉਹ ਤੁਸੀਂ ਵੀ ਲਾ ਲਓ ਕਈ ਵਾਰ ਉਹ ਖਰਾਬ ਵੀ ਕਰ ਜਾਂਦੀ ਦੂਜੇ ਬੰਦੇ ਨੂੰ ਤੇ ਜੇ ਤੁਸੀਂ ਕਿਉਂਕਿ ਹਰ ਇੱਕ ਦਾ ਜਿੱਦਾਂ ਆਪਾਂ ਮੈਂਸ਼ਨ ਕੀਤਾ ਕਿ ਲੱਗ ਲੱਗਿਆ ਜੇ ਤੁਸੀਂ ਕੋਈ ਆਪਣੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਹਾਡੇ ਕੇਸ ਦੇ ਬਾਰੇ ਚ ਤਾਂ ਤੁਸੀਂ ਅਮਨ ਪੰਗੂ ਜੀ ਨੂੰ ਉਹਨਾਂ ਦੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਨੰਬਰ ਆਪਾਂ ਰਿਪੀਟ ਵੀ ਕਰ ਦਿੰਦੇ ਆ ਜੀ 04169659680 ਜੀ ਤੇ ਜਿੰਨੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਦੇਖਦੇ ਨੇ ਤੇ ਪਸੰਦ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਸਾਡੇ ਹੌਸਲਾ ਵਧਾਈ ਜਿਹੜੇ ਕਰਦੇ ਨੇ ਵਧੀਆ-ਵਧੀਆ ਕਮੈਂਟ ਕਰਕੇ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਤੇ ਇਦਾਂ ਹੀ ਸਾਡੇ ਨਾਲ ਜੁੜੇ ਰਹਿਣਾ ਹੈ ਸਾਡੇ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਕਰਨਾ ਹੈ ਦਬ ਕੇ ਤੇ ਸਾਡੇ ਨਾਲ ਅਗਲੇ ਆਪਾਂ ਅਗਲੇ ਬੁੱਧਵਾਰ ਮਿਲਾਂਗੇ ਹੋਪਫੁਲੀ ਕਿਸੇ ਐਕਸਾਈਟਿੰਗ ਨਿਊਜ਼ ਦੇ ਨਾਲ ਜੀ ਬਿਲਕੁਲ ਜੀ ਤੇ ਹੁਣ ਸਾਨੂੰ ਦਿਓ ਜੀ ਇਜਾਜ਼ਤ ਪੈਰ ਪੜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ